ਭਾਈ ਜੇ ਵੀਰ ਪਾਸੇ ਹੋ ਜਾਏ ਵੀਰੇ ਸ਼ਹਿਰ ਤੇ ਹੋ ਜਾ ਭਾਈ ਹਾਂਜੀ ਸਾਈਦੋ ਜੇ ਤੂੰ ਲਿਖ ਲਿਓ ਜੀ ਤਰਵੰਡੀ ਮਲਿਆ ਕੱਟ ਕੇ ਸਾਈਦੋ ਜੇ ਤੂੰ ਲਿਖ ਲਓ ਜੀ ਆਓ ਜੀ ਸੈਂਟਰ ਲਾਈਨ ਤੇ ਚੜੈਕ ਵਰਤੀ ਖਗਰਾਣਾ ਟੀਮਾਂ ਸੈਂਟਰ ਲਾਈਨ ਤੇ ਚੜੈਕ ਤੇ ਖਗਰਾਣਾ ਕਿਰਪਾ ਕਰਕੇ ਜੀ ਮੂਵ ਸਪਰੇ ਗਰਾਊਂਡ ਦੇ ਵਿੱਚ ਪਹੁੰਚ ਜੀ ਕਰਿਓ ਜੀ ਮੂਵ ਸਪਰੇ ਖਿਡਾਰੀ ਵੀਰ ਨੋਟ ਕਰਨ ਕਿ ਜਿਹੜੀ ਸੈਂਟਰ ਲਾਈਨ ਤੇ ਫਸਟ ਆਊਟ ਹੁੰਦਾ ਏ ਰੌਲਾ ਨਾ ਪਾਓ ਯਾਰ ਇੱਕ ਮਿੰਟ ਇੱਕ ਬੰਦਾ ਸਹੀ ਮਤ ਨਾਲ ਗੱਲ ਕਰੋ ਯਾਰ ਬਾਕੀ ਦੇ ਵੀ ਰੌਲਾ ਨਾ ਪਾਓ ਇੱਕ ਬੰਦਾ ਕਰੋ ਸਹੀ ਮਤ ਨਾਲ ਗੱਲ ਨਾਲ ਹੀ ਜੀ ਬੇਨਤੀ ਕਰਦੇ ਆ ਤੱਲੇ ਕਿਤੇ ਜਗਾਵਾਂ ਇਹ ਵੀ ਟੀਮਾਂ ਆਉਣ ਜੀ ਤੱਲੇ ਕੇ ਤੇ ਜਗਾਵਾਂ ਰੁਪਏ
ਉਹ ਜਿਨ੍ਹਾਂ ਦੇ ਭਾਈ ਨਾਂ ਲਿਖੇ ਆ ਨਾ ਤੇ ਉਹਨਾਂ ਦਾ ਵੇਟ ਨਹੀਂ ਕਰਨਾਗਾ, ਉਹਨਾਂ ਦਾ ਜਦੋਂ ਵੇਟ ਹੋਇਆ ਹੁਣ ਦੁਬਾਰਾ ਕਰਨ ਦਾ ਕੀ ਮਤਲਬ ਆ? ਉਹ ਬਾਈ ਤੁਸੀਂ ਤਾਂ ਐਵੇਂ ਮਾਰੀ ਜਾਂਦੇ ਆ ਯਾਰ, ਜਦੋਂ ਨਾਂ ਲਿਖੇ ਉਹਨਾਂ ਦੇ। ਕਮੇਟੀ ਫੈਸਲਾ ਦੱਸਿਆ ਆਪਦਾ, ਬਾਅਦ ਦੀ ਜਲਦੀ ਆਪਾਂ ਮੈਚ ਸ਼ੁਰੂ ਕਰਵਾਈਏ ਜੀ। ਯਾਰ ਬਾਈ ਰੌਲਾ ਨਾ ਪਾਓ ਯਾਰ। ਹੈਲੋ ਬਾਈ, ਜੇ ਖੇਡਣਾ ਤੁਹਾਡੀ ਮਰਜ਼ੀ ਆ ਤੇ, ਪਰ ਅਸੀਂ ਹੁਣ ਵੇਟ ਨਹੀਂ ਕਰਨਾ ਹੈਗਾ। ਦੋ ਰਾਊਂਡ ਤਾਂ ਚਲੇ ਗਏ ਯਾਰ, ਆਖਰੀ ਰਾਊਂਡ ਅਸੀਂ ਆਖਰੀ ਰਾਊਂਡ ਦੇ ਵਿੱਚ ਨਹੀਂ ਮੰਨਿਆ ਜਾਣਾ ਹੈ ਬਾਈ ਜੀ। ਦੋ ਰਾਊਂਡ ਦੇ ਵਿੱਚ ਕੋਈ ਇਤਰਾਜ਼ ਨਹੀਂ ਲੱਗਾ ਇਹਨਾਂ ਮੁੰਡਿਆਂ ਦੇ, ਇਹਨਾਂ ਮੁੰਡਿਆਂ ਦੇ ਨਾਮ ਵੀ ਬਕਾਇਦਾ ਸਾਡੇ ਲਿਖੇ ਹੋਏ ਆ, ਨੋਟ ਕੀਤੇ ਆ। ਬਾਈ ਜੀ ਜਿਹੜਾ ਨਵਾਂ ਖਿਡਾਰੀ ਖੇਡਿਆ ਨਾ, ਉਹ ਸਿਰਫ ਉਹਦਾ ਵੇਟ ਹੋਊਗਾ, ਦੂਸਰਿਆਂ ਦਾ ਅਸੀਂ ਵੇਟ ਨਹੀਂ ਕਰਨਾ ਹੈਗਾ। ਤੁਹਾਨੂੰ ਪਤਾ ਲੱਗ ਜੂ, ਇੱਕ ਦਾ ਕਰਾਉਂਦਾ ਵਾਧਾ ਕਿ ਨਹੀਂ ਵਾਧਾ, ਇੱਕ ਦਾ ਕਰਾ ਲਓ ਤੁਸੀਂ।
ਹਾਂਜੀ ਨਾਲ ਹੀ ਜੀ ਬੇਨਤੀ ਕਰਦਾ ਤੱਲੇਕਾ ਦੀ ਟੀਮ ਆਵੇ ਚਗਾਵਾਂ ਗਰਾਊਂਡ ਦੇ ਵਿੱਚ ਤੱਲੇਕੇ ਆਵੇ ਜੀ ਚਗਾਵਾਂ ਗਰਾਊਂਡ ਦੇ ਵਿੱਚ ਤੱਲੇਕੇ ਆਵੇ ਜੀ ਮੇਜ਼ਬਾਨ ਟੀਮ ਤੱਲੇਕੇ ਹਾਂਜੀ ਤੱਲੇਕੇ ਦੀ ਟੀਮ ਆ ਗਈ ਹੈ ਚਗਾਵਾਂ ਤੇ ਤੱਲੇਕੇ ਆਓ ਜੀ ਅਤੇ ਸਾਰੇ ਹੀ ਖਿਡਾਰੀ ਵੀਰ ਨੋਟ ਕਰਨ ਸਾਡੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਅਸੀਂ ਕਿਸੇ ਵੀ ਖਿਡਾਰੀ ਦਾ ਕੋਈ ਵੇਟ ਨਹੀਂ ਕਰਨਾ ਭਾਵੇਂ ਕਿਸੇ ਦਾ ਵੱਧ ਹੈ ਤੇ ਭਾਵੇਂ ਘੱਟ ਹੈ ਕਿਸੇ ਖਿਡਾਰੀ ਨਾਲ ਕੋਈ ਵੇਟ ਨਹੀਂ ਹੋਣਾ ਸਟ੍ਰੀਮਾਂ ਸੈਂਟਰ ਲਾਈਨ ਤੇ ਆਉਣ ਜੀ ਚਗਾਵਾਂ ਤੇ ਤੱਲੇਕੇ ਚਗਾਵਾਂ ਤੇ ਤੱਲੇਕੇ ਆਉਣ ਜੀ ਸੈਂਟਰ ਲਾਈਨ ਤੇ ਅਮ੍ਰਿਤਾ ਉਹ ਜੇ ਤੱਲੇਕੇ ਤੇ ਚਗਾਵਾਂਗੇ ਤਾਂ ਯਾਰ ਇਹਨਾਂ ਦਾ ਮੈਚ ਪਹਿਲਾਂ ਕਰਵਾ ਦੇ ਫਿਰ ਆਓ ਜੀ ਸੈਂਟਰ ਲਾਈਨ ਤੇ ਤੱਲੇਕੇ ਤੇ ਚਗਾਵਾਂ ਤੱਲੇਕੇ ਤੇ ਚਗਾਵਾਂ ਆਓ ਜੀ ਸੈਂਟਰ ਲਾਈਨ ਤੇ ਹਾਂਜੀ ਕਿਰਪਾਓ ਜੀ ਮੈਚ ਸਟਾਰਟ ਤੱਲੇਕੇ ਤੇ ਚਗਾਵਾਂ ਦੀਆਂ ਟੀਮਾਂ ਦਰਮਿਆਨ ਬਹੁਤ ਹੀ ਵਧੀਆ ਮੈਚ ਹੋਵੇਗਾ ਇਸ ਵੇਲੇ ਇੱਕ ਪਾਸੇ ਮੇਜ਼ਬਾਨ ਟੀਮ ਪਿੰਡ ਤੱਲੇਕਿਆਂ ਦੀ ਹੋਵੇਗੀ
ਖਿਡਾਰੀ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੇ ਕੋਈ ਵੀ ਓਪਨ ਦੀ ਟੀਮ ਇੱਥੇ ਪਹੁੰਚੀ ਹੋਵੇ ਕਿਰਪਾ ਕਰਕੇ ਆਪਣੀ ਟੀਮ ਐਂਟਰ ਕਰਵਾ ਸਕਦੇ ਆ। ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਜੇ ਕੋਈ ਵੀ ਓਪਨ ਦੀ ਟੀਮ ਇੱਥੇ ਪਹੁੰਚੀ ਆ ਤਾਂ ਉਹ ਆਪਣੀ ਟੀਮ ਐਂਟਰ ਕਰਵਾ ਸਕਦੇ ਆ। ਹਾਂਜੀ ਕਰਾ ਦੋ ਜੀ ਮੈਚ ਸਟਾਰਟ। ਪੁਆਇੰਟ ਵਾਲੇ ਵੀਰ ਨੋਟ ਕਰੀ, ਚੇਲਰ ਵਾਲੀ ਸਾਈਡ ਹੈ ਪਿੰਡ ਤੱਲੇਕਿਆਂ ਦੀ ਟੀਮ ਤੇ ਗੁਰੂ ਘਰ ਵਾਲੀ ਸਾਈਡ ਹੈ ਚਗਾਵੇ ਦੀ ਟੀਮ। ਪਾਓ ਜੀ ਕਬੱਡੀ, ਆਪਾਂ ਵੇਖਾਂਗੇ ਪਹਿਲੀ ਕਬੱਡੀ ਕਿਹੜੀ ਟੀਮ ਦੇ ਹਿੱਸੇ ਆਵੇਗੀ। ਬਹੁਤ ਹੀ ਵਧੀਆ ਮੈਚ ਪਿੰਡ ਤੱਲੇਕੇ ਤੇ ਚਗਾਵਾ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਵੇਗਾ। ਲਓ ਵੀ ਦਰਸ਼ਕ ਵੀਰੋ ਪਹਿਲੀ ਕਬੱਡੀ ਆਪਾਂ ਵੇਖਾਂਗੇ ਜੀ ਮਹਿਰੋ ਦੀ ਧਰਤੀ ਦਾ ਜੀਤਾ। ਇਸ ਵੇਲੇ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਵੱਧ ਗਿਆ ਏ। ਦਰਸ਼ਕ ਵੀਰੋ ਕਿਰਪਾ ਕਰਕੇ ਵਾਧੂ ਦੇ ਖਿਡਾਰੀ ਸਾਈਡ ਤੇ ਬੈਠ ਜਾਣ ਜੀ। ਲਓ ਜੀ ਜੀਤੇ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਅੰਦਰ ਆਪਾਂ ਵੇਖਾਂਗੇ ਚਗਾਵੇ ਦੀ ਧਰਤੀ ਦੇ ਚਾਰ ਜਾਪੀ। ਇਸ ਵੇਲੇ ਕੀਤੀ ਹੋਈ ਲੱਤੀ ਲੱਗਣ ਦੀ ਕੋਸ਼ਿਸ਼ ਆਪਾਂ ਵੇਖਾਂਗੇ ਜੀ ਕਿਹੋ ਜਿਹਾ ਕਮਾਲ ਕਰੇਗਾ ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜੁੜਦਾ। ਮਾਰੋ ਤਾੜੀਆਂ ਦਰਸ਼ਕ ਵੀਰੋ। ਚੱਲ ਬਈ ਨੌਜਵਾਨਾਂ ਪਾ ਫਿਰ ਕਬੱਡੀ। ਲਓ ਜੀ ਇਸ ਨੌਜਵਾਨ ਦਾ ਵੀ ਗਵਾਂਢੀ ਨਗਰ ਹੈ ਪਿੰਡ ਲੰਡੇਕਿਆਂ ਦੀ ਧਰਤੀ ਦਾ ਗੋਪੀ। ਇਸ ਵੇਲੇ ਨੌਜਵਾਨ ਵਾਧਾ ਹੋਇਆ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਤੇ ਦੇਖੋ ਲੱਗਿਆ ਰੱਬ ਨੂੰ ਧਿਆਉਣ। ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਤਾਂ ਵੀ ਚੱਲੇ ਕਬੱਡੀਆਂ ਪਾਉਣ। ਲੋਕੋ ਲਓ ਜੀ ਜੱਸਾ ਆਖ ਦਿੰਦੇ ਨੇ ਇਸ ਨੌਜਵਾਨ ਖਿਡਾਰੀ ਨੂੰ, ਬਹੁਤ ਹੀ ਵਧੀਆ ਖਿਡਾਰੀ ਪਰ ਪੁਆਇੰਟ ਗੋਪੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਚੱਲ ਬਈ ਨੌਜਵਾਨਾਂ ਬਹੁਤ ਹੀ ਵਧੀਆ ਖਿਡਾਰੀ ਕਬੱਡੀ 70 ਕਿਲੋ ਵਿੱਚ ਬਾਜਾ ਬਾਜਾ ਕਰਵਾਉਣ ਵਾਲਾ ਸਲੀਨੇ ਦੀ ਧਰਤੀ ਦਾ ਗੁਰਜੀਤ। ਕਹਿੰਦੇ ਨੇ ਵੀ ਤੱਲੇ ਕੇ ਸਰਦਾਰ ਭਗਵਾਨ ਸਿੰਘ ਦੇ ਕੋਲ ਪ੍ਰੈਕਟਿਸ ਲਾਈ ਸੀ ਨੌਜਵਾਨ ਨੇ। ਇਸ ਵੇਲੇ ਪੈਂਦੀ ਹੋਈ ਕਬੱਡੀ ਕਿਤੇ ਕਹਿੰਦੇ ਨੇ ਵੀ ਤੂਤਾਂ ਦੇ ਗੁਰਜੀਤ ਦੀਆਂ ਗੱਲਾਂ, ਪਰ ਇਹ ਸਲੀਨੇ ਦਾ ਗੁਰਜੀਤ ਤੱਲੇ ਕੇ ਦਾ ਪੁੱਤ ਬਣ ਕੇ ਖੇਡਦਾ ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ ਪਾ ਫਿਰ ਕਬੱਡੀ। ਅਗਲੀ ਕਬੱਡੀ ਖੇਡ ਮੈਦਾਨ ਵਿੱਚ ਆਪਾਂ ਵੇਖਾਂਗੇ। ਜੱਸੀ ਨੇ ਪਾ ਦਿੱਤੀ ਹੈ। ਲਓ ਬਈ ਜੱਸੀ ਜੀ ਪੈਂਦੀ ਹੋਈ ਕਬੱਡੀ ਚਾਰ ਜਾਪੀ ਪਿੰਡ ਤੱਲੇਕਿਆਂ ਦੀ ਧਰਤੀ ਦੇ ਨਿੰਦਰਾ। ਕਹਿੰਦੇ ਨੇ ਮਾਰੋ ਤਾੜੀਆਂ ਦਰਸ਼ਕ ਵੀਰੋ। ਲਾ ਤਕੜਾ ਜਫਾ ਨਿੰਦਰਾ ਕਰਵਾਉਂਦਾ ਹੋਇਆ ਬੱਲੇ ਬੱਲੇ। ਨਾਲ ਸਾਡਾ ਵੀਰ ਮਾਨਕ ਕਹਿੰਦਾ ਏ ਕਿ ਗੱਗਾ ਜਿੰਨੇ ਵੀ ਜਫੇ ਲਾਵੇਗਾ ਓਨੇ ਹੀ 100-100 ਰੁਪਏ ਦੇ ਵੱਡੇ ਮਾਨ ਸਨਮਾਨ ਪੁੱਜਣਗੇ ਮਾਨਕ ਦੇ ਵੱਲੋਂ। ਲਓ ਬਈ ਜੀਤੇ ਦੀ ਪਾਈ ਹੋਈ ਕਬੱਡੀ ਦੂਸਰੇ ਪਾਸੇ
ਆਪਾਂ ਵੇਖਾਂਗੇ ਜੀ। ਇਸ ਵੇਲੇ ਬਹੁਤ ਹੀ ਵਧੀਆ ਲੱਗਦਾ ਹੋਇਆ ਜੱਫਾ ਖੇਡ ਮੈਦਾਨ ਅੰਦਰ ਪਵੈਂਟ ਜਾਪੀਆਂ ਦੇ ਹਿੱਸੇ ਵਿੱਚ ਜੁੜਦਾ ਹੋਇਆ ਨਾਲ ਜੀ ਚੜਿੱਕ ਤੇ ਖਖਰਾਣੇ ਦੀਆਂ ਟੀਮਾਂ ਤਿਆਰ ਰਹਿ ਜੀ। ਚੱਲ ਬਈ ਨੌਜਵਾਨਾਂ ਪਾ ਫਿਰ ਕਬੱਡੀ ਅਗਲੀ ਕਬੱਡੀ। ਫਿਰ ਕਹਿੰਦੇ ਨੇ ਵੀ ਗੋਪੀ ਜੀ ਪੈ ਚੁੱਕੀ ਹੈ ਚਾਰ ਜਾਪੀ ਕੰਨੀ ਗੱਗਾ ਆਖ ਦਿੰਦੇ ਨੇ ਇਸ ਖਿਡਾਰੀ ਨੂੰ ਬਹੁਤ ਹੀ ਵਧੀਆ ਖਿਡਾਰੀ ਗੱਗਾ। ਲੈ ਬਈ ਗੱਗਾ 100 ਰੁਪਇਆ ਹੋਵੇਗਾ ਮਾਨਕ ਦੇ ਵੱਲੋਂ ਜੇਕਰ ਤੂੰ ਜੱਫਾ ਲਾਵੇਂਗਾ। ਲਓ ਵੀ ਦਰਸ਼ਕ ਵੀਰੋ ਤਾੜੀਆਂ ਮਾਰ ਦੋ। ਇਸ ਵੇਲੇ ਪਵੈਂਟ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਚੱਲ ਬਈ ਗੁਰਜੀਤ ਪਾ ਫਿਰ ਕਬੱਡੀ। ਕਿਤੇ ਕਹਿੰਦੇ ਨੇ ਵੀ ਤੂਤਾਂ ਦੀ ਧਰਤੀ ਦਾ ਗੁਰਜੀਤ ਸਿਰੇ ਦਾ ਖਿਡਾਰੀ ਹੈ ਕੇ ਉੱਚਾ ਲੰਮਾ ਕੱਦ ਬੜੇ ਗੁੰਦਵੇਂ ਸਰੀਰ ਦਾ ਹੌਸਲਾ ਇਹਨੂੰ ਮੱਖਣ ਸੈਦੇ ਕੇ ਵਰਗੇ ਵੀਰ ਦਾ। ਵੇਖਦੇ ਹਜ਼ਾਰਾਂ ਲੋਕੀ ਖੜ ਖੜ ਕੇ ਭੱਜਦਾ ਏ ਜਦੋਂ ਜਾਟੀ ਉਂਗਲ ਖੜੀ ਕਰਕੇ। ਮਿਹਨਤ ਬਹੁਤ ਮਾਰੀ ਕਦੇ ਸੋਚੀ ਨਹੀਂ ਉਹ ਰੈਸਟ ਬਈ ਐਵੇਂ ਨਹੀਂ ਉਹ ਬਣਿਆ 2007 ਦਾ ਬੈਸਟ ਬਈ ਹਰ ਅੰਕ ਦੇ ਨਾਲ ਯਾਰ ਆਉਂਦਾ ਹੈ ਹੱਸਦਾ। ਤੂਤਾਂ ਦਾ ਗੁਰਜੀਤ ਲੱਗਾ ਦਿਲਾਂ ਵਿੱਚ ਵੱਜਦਾ ਲੱਗਦਾ ਹੋਇਆ ਜਾਪਾ। ਇਸ ਵਕਤ ਖੇਡ ਮੈਦਾਨ ਅੰਦਰ ਪਵੈਂਟ ਚਗਾਵੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਚੱਲ ਬਈ ਨੌਜਵਾਨਾਂ ਲਓ ਜੀ ਜੱਸੀ ਦੀ ਕਬੱਡੀ ਪੈ ਚੁੱਕੀ ਹੈ। ਇਸ ਵਕਤ ਖੇਡ ਮੈਦਾਨ ਅੰਦਰ ਚਾਰ ਜਾਪੀ ਪਿੰਡ ਤੱਲੇ ਕਿਆਂ ਦੀ ਧਰਤੀ ਤੇ ਇੱਕ ਕੰਨੀ ਗੱਗਾ ਨਿੰਦਰਾ ਆਖ ਦਿੰਦੇ ਨੇ ਕਿ ਨਿੰਦਰਾ ਵੀ ਸੋਹਣਾ ਤੇ ਸੁਨੱਖਾ ਮੁੰਡਾ ਏ ਹਰ ਵੇਲੇ ਜਾਪ ਲਈ ਤਿਆਰ ਹੁੰਦਾ ਏ। ਗੋਲ ਮੋਲ ਗੱਭਰੂਆ ਪੁੱਟ ਜੱਟ ਦਾ ਤੇ ਫਿਰਦੇ ਗਰਾਉਂਡਾਂ ਵਿੱਚ ਧੂੜਾ ਵੱਟਦਾ ਫਿਰਦੇ ਗਰਾਉਂਡਾਂ ਵਿੱਚ ਧੂੜਾ ਵੱਟਦਾ। ਲਓ ਜੀ ਜੀਤੇ ਦੀ ਪੈਂਦੀ ਹੋਈ ਕਬੱਡੀ ਹਲਕੀ ਜੀ ਸੱਟ ਲੱਗੀ ਆ ਮੋਢੇ ਦੇ ਉੱਪਰ। ਦੂਸਰੇ ਪਾਸੇ ਬਹੁਤ ਹੀ ਵਧੀਆ ਕੀਤੀ ਹੋਈ ਕੋਸ਼ਿਸ਼ ਤੇਜ ਪਾਜ ਦਾ ਮਾਲਿਕ ਜੀਤਾ ਇਸ ਵੇਲੇ ਆਪਣੀ ਟੀਮ ਦੇ ਹਿੱਸੇ ਅੰਕ ਜੋੜਦਾ ਹੋਇਆ। ਦਰਸ਼ਕ ਵੀਰੋ ਨਿੰਦਰਾ ਤਾੜੀਆਂ ਮਾਰ ਦੋ। ਦਰਸ਼ਕ ਵੀਰੋ ਲੱਕ ਦੇ ਮੇਚੇ ਲੈ ਗਿਆ ਨੌਜਵਾਨ ਨਿੰਦਰਾ ਇਸ ਵੇਲੇ ਲਾ ਤਕੜਾ ਜੱਫਾ। ਆਪਾਂ ਵੇਖਾਂਗੇ ਵੀ ਖੇਡ ਮੈਦਾਨ ਅੰਦਰ ਇੱਕ ਪਾਸੇ ਗੋਪੀ ਹੈ ਦੂਸਰੇ ਪਾਸੇ ਨਿੰਦਰਾ ਲਾ ਤਕੜਾ ਜੱਫਾ ਕਰੇ ਬਾਉਂਦਾ ਹੋਇਆ ਬੱਲੇ ਬੱਲੇ। ਚੱਲ ਬਈ ਗੁਰਜੀਤ ਪਾ ਫਿਰ ਕਬੱਡੀ ਅਗਲੀ ਕਬੱਡੀ। ਇਸ ਵਕਤ ਫੇਰ ਆਪਾਂ ਵੇਖਾਂਗੇ ਜੀ ਗੁਰਜੀਤ ਖੇਡ ਮੈਦਾਨ ਅੰਦਰ ਪਾਉਣ ਦੇ ਲਈ ਕਰਦਾ ਹੋਇਆ ਕਿ ਛਾਤੀ ਮੇਰੀ ਗੁੰਦਮੀ ਹੋ ਜੇ ਬੱਬਰ ਖੇਰ ਜੀ ਹੋ ਜੇ ਚਾਲ ਜਾਂ ਮੈਂ ਬਣ ਜਾ ਲੱਲੀਆਂ ਵਾਲਾ ਤੇ ਜਾਂ ਬਣ ਜਾ ਬਿੱਟੂ ਤਗਾਲ ਜਾਂ ਬੱਗੇ ਪਿੰਡ ਦਾ ਮੰਗੀ ਬਣ ਜਾ ਜਾਂ ਬਣ ਜਾ ਸੁੱਖਾ ਪੰਡਾਲ। ਛਾਤੀ ਮੇਰੀ ਗੁੰਦਮੀ ਹੋ ਜੇ ਬੱਬਰ ਖੇਰ ਜੀ ਹੋ ਜੇ ਚਾਲ ਬੱਬਰ ਖੇਰ ਜੀ ਹੋ ਜੇ ਚਾਲ। ਲਓ ਜੀ ਪਵੈਂਟ ਤੱਲੇ ਕਿਹੜੀ ਟੀਮ ਦੇ ਹਿੱਸੇ ਜੁੜਦਾ ਹੋਇਆ। ਚੱਲ ਬਈ ਨੌਜਵਾਨ ਲਓ ਜੀ ਚਗਾਵੇ ਦੇ ਵੱਲੋਂ ਕਬੱਡੀ ਪੈ ਚੁੱਕੀ ਹੈ। ਕਹਿੰਦੇ ਵੀ ਚਗਾਵੇ ਦਾ ਕੇਵਲ ਸਿਰੇ ਦਾ ਖਿਡਾਰੀ ਹੈ ਪਰ ਇਹ ਆਪਾਂ ਵੇਖਾਂਗੇ ਬੱਲੇ ਤੇਰੇ ਨੌਜਵਾਨਾਂ ਨਹੀਂ ਰੀਸਾਂ ਤੇਰੀਆਂ ਪਵੈਂਟ ਕੌਮ ਨੇ ਜੀ। ਲੈ ਬਈ ਗੱਗੇ ਜੇ ਲਾ ਦਿੰਦਾ ਜਾਫਾ ਤਾਂ ਮਾਨਕ ਵੱਲੋਂ 100 ਰੁਪਇਆ ਆ ਜਾਣਾ ਇਸ ਸਾਹੇ ਦੇ ਕੰਨ ਵਰਗਾ ਪਰ ਪਵੈਂਟ ਇੱਥੇ ਆਪਾਂ ਵੇਖਾਂਗੇ ਜੀ ਕੌਮਨ ਹੋ ਚੁੱਕਿਆ ਹੈ। ਚੱਲ ਬਈ ਨੌਜਵਾਨਾਂ ਜੇ ਇੱਕ ਵਿੱਚ ਜ਼ੋਰ ਹੋਵੇ ਲੋਕੀ ਤਾਂ ਪੁੱਛਦੇ ਸਰਨਾਵਾਂ ਹਰਜੀਤ ਬਰਾੜ ਜਿਹੇ ਬਿਰਲੇ ਪੁੱਤ ਜੰਮਦੀਆਂ ਮਾਵਾਂ ਹਰਜੀਤ ਬਰਾੜ ਜਿਹੇ ਬਿਰਲੇ ਪੁੱਤ ਜੰਮਦੀਆਂ ਮਾਵਾਂ। ਲਓ ਜੀ ਜੀਤੇ ਦੀ ਪੈਂਦੀ ਹੋਈ ਕਬੱਡੀ
ਕਹਿੰਦੇ ਨੇ ਵੀ ਜਾਂਟੇ ਕੋਚ ਦਾ ਚੰਡਿਆ ਹੋਇਆ ਚੇਲਾ, ਪਰ ਪੁਆਇੰਟ ਆਪਾਂ ਵੇਖਾਂਗੇ ਤੱਲੇ ਕਹਿੰਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਨਾਲ ਹੀ ਜੀ ਚੜੈਕ ਤੇ ਕਕਰਾਣੇ ਦੀਆਂ ਟੀਮਾਂ ਤਿਆਰ ਰਹਿਣ ਜੀ। ਲਓ ਵੀ ਦਰਸ਼ਕੋ ਜੱਸੀ ਦੀ ਕਬੱਡੀ ਪੈ ਚੁੱਕੀ ਹੈ। ਜੱਸਾ ਯਾਕ ਦਿੰਦੇ ਨੇ ਇਸ ਨੌਜਵਾਨ ਖਿਡਾਰੀ ਨੂੰ ਬਹੁਤ ਹੀ ਵਧੀਆ ਜਾਪੀ। ਇਸ ਵੇਲੇ ਜਾਪਾ ਨਹੀਂ ਲਾ ਸਕਿਆ, ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ। ਚੱਲ ਪਈ ਗੁਰਜੀਤ ਪਾ ਫਿਰ ਕਬੱਡੀ। ਇਸ ਵੇਲੇ ਆਪਾਂ ਵੇਖਾਂਗੇ ਜੀ ਗੁਰਜੀਤ ਦੀ ਪੈਂਦੀ ਹੋਈ ਕਬੱਡੀ। ਸੁਨੀਨਾ ਪਿੰਡ ਹੈ, ਪਰ ਆਪਾਂ ਵੇਖਾਂਗੇ ਤੱਲੇ ਕਹਿੰਦਾ ਪੁੱਤ ਬਣ ਕੇ ਖੇਡਦਾ ਸੁਨੀਨੇ ਦੀ ਧਰਤੀ ਦਾ ਗੁਰਜੀਤ। ਨਾਲ ਹੀ ਜੀ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਨੇ, ਕਿਰਪਾ ਕਰਕੇ ਸਾਡੇ ਪ੍ਰਬੰਧਕ ਵੀਰਾਂ ਕੋਲ ਐਂਟਰ ਹੋ ਜਾਣ ਜੀ। ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਨੇ, ਲਓ ਜੀ ਲਾ ਹਲਕਾ ਜਿਹਾ ਟੱਚ। ਗੁਰਜੀਤ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਚੱਲ ਬਈ ਗੋਪੀ ਨੌਜਵਾਨਾਂ ਪਾ ਫਿਰ ਕਬੱਡੀ। ਕਿਤੇ ਕਹਿੰਦੇ ਨੇ ਵੀ ਫਰੰਦੀ ਬੁੜੀਏ ਗੋਪੀ ਦੀਆਂ ਗੱਲਾਂ, ਕਿਤੇ ਗੋਪੀ ਧੂੜਕੋਟ ਵਾਲੇ ਦੀਆਂ ਗੱਲਾਂ, ਪਰ ਇਹ ਕਹਿੰਦੇ ਨੇ ਵੀ ਲੰਡੇ ਕਹਿੰਦੀ ਧਰਤੀ ਦਾ ਗੋਪੀ। ਇਸ ਵੇਲੇ ਕਰਦਾ ਹੋਇਆ ਕੌਸ਼ਿਕ, ਦੂਸਰੇ ਪਾਸੇ ਗੱਗਾ ਕਹਿੰਦੇ ਨੇ ਵੀ ਤੱਲੇ ਕਹਿੰਦੀ ਧਰਤੀ ਦਾ ਬਹੁਤ ਹੀ ਵਧੀਆ ਖਿਡਾਰੀ, 100 ਰੁਪਈਆ ਹੋਵੇਗਾ ਜੇਕਰ ਗੋਪੀ ਨੂੰ ਡੱਕ ਪਾਵੇਗਾ ਗੱਗਾ, ਬਹੁਤ ਹੀ ਵਧੀਆ ਖਿਡਾਰੀ। ਪਰ ਪੁਆਇੰਟ ਕਹਿੰਦੇ ਨੇ ਵੀ ਗੋਪੀ ਦੇ ਹਿੱਸੇ ਵਿੱਚ ਜੁੜਦਾ ਹੋਇਆ। ਲਓ ਜੀ ਜੀਤੇ ਦੀ ਪੈਂਦੀ ਹੋਈ ਕਬੱਡੀ। ਖੇਡ ਮੈਦਾਨ ਅੰਦਰ ਕੇ ਫੁੱਲਾਂ ਉੱਤੇ ਪੌੜੇ ਨੱਚਣ ਬਾਦਲ ਵਿੱਚ ਅਸਮਾਨਾ, ਕੁੜੀਆਂ ਕੱਟੀਆਂ ਹੋਣ ਤਰਿੰਜਰਾ ਗੱਭਰੂ ਵਿੱਚ ਮੈਦਾਨਾ, ਕੁੜੀਆਂ ਕੱਟੀਆਂ ਹੋਣ ਤਰਿੰਜਰਾ ਗੱਭਰੂ ਵਿੱਚ ਮੈਦਾਨਾ। ਚੱਲ ਪਏ ਨੌਜਵਾਨਾਂ ਇਸ ਵੇਲੇ ਨੌਜਵਾਨ ਦੀ ਪੈਂਦੀ ਹੋਈ ਕਬੱਡੀ। ਖੇਡ ਮੈਦਾਨ ਵਿੱਚ ਆਪਾਂ ਵੇਖਾਂਗੇ ਜੱਸਾ ਆਖ ਦਿੰਦੇ ਨੇ ਤਾੜੀਆਂ ਮਾਰਦੇ ਦਰਸ਼ਕ ਵੀਰੋ ਕਿ ਕੱਢ ਕੇ ਬਗਾਨਾ ਪੁੱਤ ਮਾਰਿਆ, ਹੁੰਦਾ ਜਿਵੇਂ ਮੱਖਣ ਚੋਂ ਵਾਲ ਨੀ, ਚੰਗਾ ਮੁੱਲ ਪਾਇਆ ਸਾਡਾ ਹੀਰੀਏ ਤੂੰ ਮੱਝੀਆਂ ਚੁਰਾ ਕੇ 12 ਸਾਲ ਨੀ, ਚੰਗਾ ਮੁੱਲ ਪਾਇਆ ਸਾਡਾ ਹੀਰੀਏ ਤੂੰ ਮੱਝੀਆਂ ਚੁਰਾ ਕੇ 12 ਸਾਲ ਨੀ। ਲਓ ਜੀ ਗੁਰਜੀਤ ਦੀ ਕਬੱਡੀ ਪੈ ਚੁੱਕੀ ਹੈ ਤੇ ਚੱਲੋ ਜੱਗਿਆ ਚੱਲੋ ਬੱਗਿਆ ਪਿੰਡ ਤੱਲੇ ਤੇ ਮੇਲਾ ਲੱਗਿਆ, ਚੱਲੋ ਜੱਗਿਆ ਚੱਲੋ ਬੱਗਿਆ ਪਿੰਡ ਤੱਲੇ ਤੇ ਮੇਲਾ ਲੱਗਿਆ। ਇੱਕ ਟੀਮ ਡਿੱਗਦੀ ਤੇ ਇੱਕ ਟੀਮ ਟੈਂਦੀ ਹੋ, ਅੱਜ ਤੂੰ ਵੀ ਚੱਲ ਕੇ ਦੇਖ ਲੈ ਕੌਡੀ ਤੇ ਕੌਡੀ ਪੈਂਦੀ ਹੋ, ਕੌਡੀ ਤੇ ਕੌਡੀ ਪੈਂਦੀ ਹੋ। ਅਸੀਂ ਪੁਆਇੰਟ ਜਾਤੀਆਂ ਦੇ ਹਿੱਸੇ ਵਿੱਚ ਜੁੜਦਾ ਹੋਇਆ। ਚੱਲ ਪਈ ਨੌਜਵਾਨਾ ਪਾ ਪਈ ਜੱਸੀ। ਅਗਲੀ ਕਬੱਡੀ ਫੇਰ ਆਪਾਂ ਵੇਖਾਂਗੇ ਜੀ ਜੱਸੀ ਖੇਡ ਮੈਦਾਨ ਅੰਦਰ ਪਾਉਣ ਦੇ ਲਈ ਅੱਗੇ ਵਾਧਾ ਹੋਇਆ। ਨਾਲ ਜੀ ਨਿੰਦਰਾ ਕਰਦਾ ਹੋਇਆ ਬਹੁਤ ਹੀ ਵਧੀਆ ਕੋਠੀ ਤੇ ਪੁਆਇੰਟ ਜਾਪੀਆਂ ਦੇ ਹਿੱਸੇ ਵਿੱਚ ਜੁੜਦਾ ਹੋਇਆ। ਚੱਲ ਬਈ ਜੀਤੇ ਨੌਜਵਾਨਾਂ ਪਾ ਬਈ ਕਬੱਡੀ। ਧੂੜਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ, ਯਾਰੋ ਪੜ੍ਹਨੇ ਸੌਕੇ ਨਹੀਂ ਲੱਕਾ ਜੀਤਾ ਤੇ ਕਲਜੀਤਾ, ਯਾਰੋ ਪੜ੍ਹਨੇ ਸੌਕੇ ਨਹੀਂ ਲੱਕਾ ਗੁਰਜੀਤ ਤੇ ਜੀਤਾ। ਆਪਾਂ ਵੇਖਾਂਗੇ ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ। ਚੱਲ ਬਈ ਗੋਪੀ ਨੌਜਵਾਨਾਂ ਪਾ ਫਿਰ ਵੱਧ ਕੇ ਅਗਲੀ ਕਬੱਡੀ। ਲਓ ਜੀ ਗੋਪੀ ਦੀ ਪੈਂਦੀ ਹੋਈ ਲਵਾਰੇ ਵਾਲੇ ਦੀ ਕਬੱਡੀ।
ਸੌਰੀ ਜੀ ਪਿਛਲੀ ਵਾਰ ਭੁਲੇਖ ਨਾਲ ਲੰਡੇ ਕਿਆ ਵਾਲਾ ਆਖਿਆ ਗਿਆ ਸੀ, ਪਰ ਲਹਾਰਾ ਪਿੰਡ ਹੈ। ਕਹਿੰਦੇ ਨੇ ਵੀ ਗੁਰੂਆਂ ਤੇ ਪੀਰਾਂ ਦੀ ਪਾਵਨ ਅਤੇ ਪਵਿੱਤਰ ਧਰਤੀ ਲਹਾਰਾ, ਬਹੁਤ ਹੀ ਵਧੀਆ ਬੋੜੇ ਦੀ ਕੀਤੀ ਹੋਈ ਕੋਸ਼ਿਸ਼। ਪਰ ਆਪਾਂ ਵੇਖਾਂਗੇ ਬਵੈਂਟ ਗੋਪੀ ਚ ਗਾਵੇਂ ਦੀ ਟੀਮ ਦੇ ਉੱਤੇ ਜੋੜਦਾ ਹੋਇਆ ਚੱਲ ਪਈ ਜੀਤੇ। ਇਸ ਵੇਲੇ ਪੈਂਦੀ ਹੋਈ ਕਬੱਡੀ ਕੇ ਮੁੰਡਾ ਕਾਦਾ ਯਾਰੋ ਮੇਰਾ ਯੂਕ ਦਾ ਤਮਾਨ ਏ, ਮੁੱਛ ਪੁੱਟ ਜੀਤੇ ਵਿੱਚ ਛੇਰ ਜਿੰਨੀ ਜਾਣ ਏ, ਮੁੱਛ ਪੁੱਟ ਜੀਤੇ ਵਿੱਚ ਛੇਰ ਜਿੰਨੀ ਜਾਣ। ਲਓ ਜੀ ਮੈਰੋ ਦੀ ਧਰਤੀ ਦਾ ਜੀਤਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ। ਚੱਲ ਬਈ ਨੌਜਵਾਨਾਂ ਪਾ ਫਿਰ ਕਬੱਡੀ, ਅਗਲੀ ਕਬੱਡੀ ਚਗਾਵੇਂ ਦੀ ਧਰਤੀ ਦਾ ਨੌਜਵਾਨ ਪੈਦਾ ਹੋਇਆ ਕੇ ਮਾੜਾ ਕਿੱਥੋਂ ਸਹਿਲੂ ਹੂਰਾ ਬੱਧਿਆ ਜਵਾੜਿਆਂ ਤੇ, ਕਾਢੀ ਹੋਵੇ ਖੁਰਾਕ ਤੇ ਰੰਗ ਦਿਖਾਉਂਦੀ ਕਾੜਿਆਂ ਤੇ, ਕਾਢੀ ਹੋਵੇ ਖੁਰਾਕ ਤੇ ਰੰਗ ਦਿਖਾਉਂਦੀ ਕਾੜਿਆਂ ਤੇ। ਲਓ ਜੀ ਜੱਸਾ ਆਖ ਦਿੰਦੇ ਨੇ ਬਹੁਤ ਹੀ ਤੇਜ ਤਰਾਰ ਖਿਡਾਰੀ ਪਿੰਡ ਤੱਲੇਕਿਆਂ ਦੀ ਧਰਤੀ ਦਾ। ਆਪਾਂ ਦੇਖਾਂਗੇ ਜੀ ਇਸ ਵੇਲੇ ਹੰਬਿਆਂ ਦੇ ਕੋਲ ਮੁਕਾਬਲਾ ਸਖ਼ਤ ਹੋ ਚੁੱਕਿਆ ਏ, ਤਾੜੀਆਂ ਮਾਰਨੀਆਂ ਦਰਸ਼ਕੋ। ਜੇਕਰ ਜੱਫਾ ਲੱਗੇਗਾ ਕਰਦਾ ਹੋਇਆ ਕੋਸ਼ਿਕ ਪਵੈਂਟ ਜਾਪੀਆਂ ਦੇ ਹਿੱਸੇ ਵਿੱਚ ਜੁੜਦਾ ਹੋਇਆ। ਚੱਲ ਬਈ ਗਰਜੀਤ ਪਾਪ ਵੱਧ ਕੇ ਅਗਲੀ ਕਬੱਡੀ, ਅਗਲੀ ਕਬੱਡੀ। ਹੈਲੋ ਮਹਿੰਦਰ ਸਿੰਘ ਪ੍ਰਧਾਨ, ਉਹਨਾਂ ਵੱਲੋਂ ਕਿਸੇ ਨੂੰ 200 ਰੁਪਇਆ ਦਿੱਤਾ ਜਾਂਦਾ ਵੀ। ਲਓ ਜੀ ਵੱਡੇ ਮਾਨਾਂ ਸਨਮਾਨਾਂ ਦੀਆਂ ਗੱਲਾਂ ਹੋ ਰਹੀਆਂ ਨੇ। ਇਸ ਵੇਲੇ ਆਪਾਂ ਵੇਖਾਂਗੇ ਜੀ ਖੇਡ ਮੈਦਾਨ ਅੰਦਰ ਕੇ ਹਰਦੇਵ ਸਿੰਘ ਯੌਲ ਯੂਕੇ, ਕੇਵਲ ਸਿੰਘ ਯੂਐਸਏ ਕਬੱਡੀ ਖਿਡਾਰੀ, ਸਕਮੰਦਰ ਸਿੰਘ ਯੌਲ ਕਬੱਡੀ ਖਿਡਾਰੀ, ਮਹਿੰਦਰ ਸਿੰਘ ਪ੍ਰਧਾਨ ਯੌਲ ਕੰਕਰੀਟ ਬਲਾਕ ਇੰਡਸਟਰੀ, ਮਹਿੰਦਰ ਸਿੰਘ ਪ੍ਰਧਾਨ ਸੁਸਾਇਟੀ ਬਲਵੰਤ ਯੂਕੇ, ਡਾਕਟਰ ਬਲਵੀਰ ਯੂਕੇ, ਡਾਕਟਰ ਬਸੰਤ ਯੂਕੇ, ਇਹਨਾਂ ਸਾਰੇ ਹੀ ਭਰਾਵਾਂ ਵੱਲੋਂ ਕਬੱਡੀ ਓਪਨ ਦਾ ਪਹਿਲਾ ਇਨਾਮ ਦਿੱਤਾ ਜਾਵੇਗਾ। ਲਓ ਜੀ ਮੈਚ ਸਮਾਪਤ ਹੈ। ਇਸ ਮੈਚ ਦੇ ਵਿੱਚ ਤੱਲੇ ਕੇ ਜੇਤੂ ਹੈ, ਪੋਲੇ ਵੀਰ ਲਿਖ ਲਈ ਤੱਲੇ ਕੇ ਜੇਤੂ ਹੈ। ਆਓ ਜੀ ਸੈਂਟਰ ਲਾਈਨ ਤੇ ਝੜਿਕ ਬਰਸ ਜੀ ਖਖਰਾਣਾ। ਹੈਲੋ ਜੱਸੇ, ਆਪਣਾ ਨਾਮ ਪ੍ਰਾਪਤ ਕਰ ਲਈ ਵੀਰੇ ਸਟੇਜ ਤੋਂ। ਹਾਂਜੀ ਆਓ ਜੀ ਸੈਂਟਰ ਲਾਈਨ ਤੇ ਚੜਿੱਕ ਤੇ ਕੁਕਰਾਣਾ, ਤਾੜੀਆਂ ਮਾਰੋ ਦਰਸ਼ਕ ਵੀਰੋ। ਤੱਲੇਕਿਆਂ ਦੀ ਟੀਮ ਜਿੱਤ ਗਈ ਹੈ ਇਸ ਮੈਚ ਦੇ ਵਿੱਚ, ਤੱਲੇਕ ਜਿੱਤ ਗਈ ਹੈ। ਕੌਣ Thank you.
ਵੀਰ ਖਗਰਾਣੇ ਵਾਲੇ ਮੈਚ ਖੇਡ ਲਓ ਯਾਰ, ਐਵੇਂ ਰੌਲਾ ਨਾ ਪਾਓ ਯਾਰ। ਬੰਦਾ
ਭਾਈ ਮੈਚ ਸਟਾਰਟ ਕਰਾ ਦੋ ਯਾਰ, ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਨੇ ਕਿਰਪਾ ਕਰਕੇ ਐਂਟਰ ਹੋ ਜਾਣ ਜੀ ਕਬੱਡੀ ਓਪਨ। ਹੈਲੋ, ਉਹ ਖਿਡਾਰੀ ਵੀਰ ਸਾਰੇ ਗਰਾਊਂਡ ਦੇ ਵਿੱਚ ਆਓ ਯਾਰ, ਤੁਹਾਡਾ ਫਾਇਦਾ ਇੱਕ ਮਿੰਟ ਦੇ ਵਿੱਚ ਹੋ ਜਾਣਾ, ਜਿਹੜੇ ਗਰਾਊਂਡ 'ਚ ਨਹੀਂ ਨਾ ਉਹਨਾਂ 'ਚ ਫੈਸਲਾ ਨਹੀਂ ਹੋਣਾ। ਹੈਲੋ, ਹਾਂ ਹਾਂ, ਉਹ ਬਾਈ ਜੀ ਗੱਲ ਆ, ਇੱਧਰ ਆ ਜਾਓ ਗਰਾਊਂਡ ਦੇ ਵਿੱਚ, ਫੈਸਲਾ ਤੁਹਾਡਾ ਹੋਇਆ ਪਿਆ। ਸਾਡੀ ਕਮੇਟੀ ਨੇ ਜਿਹੜਾ ਵੇਟ ਕੀਤਾ, ਜੇ ਵੇਟ ਕਮੇਟੀ ਨੂੰ ਸਾਡੀ ਸਹੁੰ ਖਵਾਈ ਜਾਂਦੀ ਆ, ਜੇ ਕਿਤੇ ਵੱਧ ਘੱਟ ਕੀਤਾ ਤਾਂ ਵੇਟ ਕਮੇਟੀ ਸਹੁੰ ਖਾਊ ਇਸ ਗੱਲ ਦੀ। ਖਿਡਾਰੀ ਦੀ ਸਹੁੰ ਨਾ ਅਸੀਂ ਮੰਨਦੇ ਹਾਂ ਅਤੇ ਨਾ ਹੀ ਮੰਨੀ ਜਾਣੀ ਆ। ਖਿਡਾਰੀ ਦਾ ਯਾਰ ਮਾੜੀ ਮਾੜੀ ਗੱਲ 'ਤੇ ਸਹੁੰ ਖਾਈ ਜਾਂਦੇ, ਅਸੀਂ ਕਿਸੇ ਖਿਡਾਰੀ ਦੀ ਸਹੁੰ ਨਹੀਂ ਮੰਨਣੀ। ਸਾਡੀ ਵੇਟ ਕਮੇਟੀ ਜਿਹਨੇ ਵੇਟ ਕੀਤਾ ਉਹ ਸਹੁੰ ਖਾਣ ਨੂੰ ਤਿਆਰ ਆ, ਉਹ ਮੁੰਡੇ ਨੇ ਵੇਟ ਕੀਤਾ ਸਹੁੰ ਵੀ ਖਾਓ, ਜਿੱਥੇ ਮਰਜ਼ੀ ਖਵਾ ਲਓ, ਹੋਰ ਅਸੀਂ ਕੋਈ ਫੈਸਲਾ ਨਹੀਂ ਮੰਨਿਆ ਜਾਣਾ। ਨਹੀਂ ਅਸੀਂ ਟੀਮ ਕੱਢਦੇ, ਤੁਹਾਡੀ ਮਰਜ਼ੀ ਆ, ਸਾਡੇ ਤੋਂ ਤਾਂ ਸਹੁੰ ਖਵਾ, ਸਾਡੀ ਵੇਟ ਕਮੇਟੀ ਸਹੁੰ ਖਾ ਸਕਦੀ ਆ ਵੀ ਆ ਵੇਟ ਕੀਤਾ ਮੁੰਡੇ ਦਾ ਅਸੀਂ, ਪਰ ਤੁਹਾਡੀ ਕਿਸੇ ਦੀ ਸਹੁੰ ਨਹੀਂ ਮੰਨੀ ਜਾਣੀ। ਉਹ ਦੋ ਮਿੰਟਾਂ ਦੇ ਵਿੱਚ ਬਾਈ ਗਰਾਊਂਡ ਦੇ ਵਿੱਚ ਆ ਜਾਓ, ਰੈਫਰੀ ਸਾਹਿਬ ਵਿਸਲ ਮਾਰ ਕਰਾ ਚਾਲੂ ਕਰਾ ਦੇ, ਨਹੀਂ ਅਗਲੀ ਟੀਮ ਬੁਲਾ ਲਓ ਯਾਰ, ਹੋਰ ਇਹਦਾ ਹੱਲ ਕੋਈ ਨਹੀਂ। ਹੈਂ, ਇਹ ਤੋਂ ਅਗਲੀ ਟੀਮ ਕਿਹੜੀ ਬੋਲੀ ਕਰੇ ਯਾਰ। ਹਾਂ, ਉਹ ਬਾਈ ਜੀ ਮੈਚ ਚਾਲੂ ਕਰ ਦਿਓ, ਨਹੀਂ ਜੇਤੂ ਕਰਾ ਦੇ ਦਿਓ, ਸਾਡਾ ਬਸ ਇਹੀ ਫੈਸਲਾ। ਬਾਈ ਯਾਰ ਖਿਡਾਰੀ ਸਟੇਜ ਤੋਂ ਥੱਲੇ ਆ ਗਏ, ਸਹਿਰ ਤੇ ਗੱਲ ਕਰੋ ਯਾਰ ਬਾਈ।
ਯਾਰ ਬਾਈ ਗਗਰਾਣੇ ਵਾਲੋ ਮੈਚ ਲਾਓ ਯਾਰ, ਬਾਈ ਬੱਬੂ ਲਾਓ ਯਾਰ ਮੈਚ ਯਾਰ। ਆ ਬਾਈ ਜੀ ਇੱਕ ਮਿੰਟ ਦੇ ਵਿੱਚ ਗਰਾਊਂਡ ਦੇ ਵਿੱਚ ਜਾਂ ਤਾਂ ਮੈਚ ਸ਼ੁਰੂ ਕਰ ਦਿਓ ਤੇ ਨਹੀਂ ਅਸੀਂ ਇਹਨਾਂ ਨੂੰ ਜੇਤੂ ਗ੍ਰਾਹਕ ਦੇ ਦੇਣਾ ਵਾ ਦੂਜੀ ਟੀਮ ਨੂੰ। ਯਾਰ ਮੈਂ ਕੋਈ ਗੱਲ ਨਹੀਂ, ਤੁਹਾਨੂੰ ਜਾ ਕੇ ਗਰਾਊਂਡ ਦੇ ਵਿੱਚ ਜਾਂ ਤਾਂ ਖੇਡ ਲਓ ਤੇ ਨਹੀਂ ਜੇਤੂ ਗ੍ਰਾਹਕ ਦੇ ਦੇਣਾ ਦੂਸਰੀ ਟੀਮ ਨੂੰ ਇੱਕ ਮਿੰਟ ਦੇ ਵਿੱਚ ਵਿੱਚ। ਵਾੜੀ ਰਸਤਾ ਹੀ ਕਰ ਦੋ ਯਾਰ, ਇੱਥੋਂ ਵੀਰ ਬਾਈ ਮੇਰੇ ਰਸਤਾ ਹੀ ਕਰ ਦੋ ਯਾਰ। ਆ ਸੰਘ ਨੇ ਤੋਂ ਰਸਤਾ ਕਢਾ ਯਾਰ। ਹੈਲੋ ਮੈਚ ਚਾਲੂ ਕਰੋ ਯਾਰ, ਬਾਅਦ ਕਰਾ ਲਾਂਗੇ ਵੇਟ, ਕਰਾਓ ਯਾਰ ਮੈਚ ਚਾਲੂ ਕਰਾ ਦੋ। ਤੁਹਾਡੇ ਬੰਦੇ ਕਹੀ ਜਾਂਦੇ ਯਾਰ, ਸਮਝ ਕਿਸੇ ਪਾਸੇ ਜੀ ਜਾਂਦਾ ਗਰਾਊਂਡ ਦੇ ਵਿੱਚ ਆਣ ਕੇ ਮੈਚ ਲਾ ਲਓ ਤੇ ਨਹੀਂ ਅਸੀਂ ਦੂਸਰੀ ਟੀਮ ਨੂੰ ਜੇਤੂ ਕਰਾਰ ਦੇਣ ਲੱਗੇ ਆ। ਯਾਰ ਬਾਈ ਕਗਰਾਣੇ ਵਾਲੋ ਦੱਸੋ ਯਾਰ ਬਾਈ ਖੇਡਣਾ ਕਿ ਨਹੀਂ ਯਾਰ, ਖਿਡਾਰੀ ਦਰਸ਼ਕ ਵੀਰ ਕਹੋ ਜਿਹੜੇ ਮੂੰਹ ਵੱਲ ਵੇਖੀ ਜਾਂਦੇ ਯਾਰ।
ਹੈਲੋ ਖਿਡਾਰੀ ਵੀਰਾਂ ਹੈਲੋ 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 ਹਾਂ ਭਾਈ ਦੱਸੋ ਇਹ ਹੁਣ ਕੀ ਫੈਸਲਾ ਯਾਰ ਹੈਲੋ 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 ਹਾਂ ਯਾਰ ਟਰੈਕ ਵਾਲਿਆਂ ਜੇਤੂ ਕਰਾ ਦਿੱਤਾ ਜਾਂਦਾ ਜੀ ਇਹਨਾਂ ਨੇ ਸਾਨੂੰ ਖਰਾਬ ਬਹੁਤ ਕੀਤਾ ਯਾਰ ਘੰਟਾ ਸਾਨੂੰ ਮਤਲਬ ਇਹਨਾਂ ਨੇ ਬਣਾਇਆ ਵੇਟ ਆ ਗਿਆ ਮੁੰਡਾ ਤਾਂ ਟੀਮ ਵੀ ਐਂਟਰੀ ਕਰਾ ਕਰਨੀ ਗੀ ਇਹ ਆਇਆ ਵੀ ਨਾ ਕਰਨ ਇੱਥੇ ਸਾਡੇ ਪਿੰਡ ਇਹਨਾਂ ਨੇ ਟੀਮ ਯਾਰ ਪੱਕੇ ਤੌਰ ਤੇ ਕਰ ਦੋ ਸਾਰਿਆਂ ਦਾ ਬਿਆਨ ਸਹੀ ਸੀ ਸੋਹਣਾ ਜਲਾਲਾਬਾਦ ਬਿੱਲੀ ਮੱਲ ਸਾਰਿਆਂ ਦਾ ਬਿਆਨ ਸਹੀ ਸੀ ਵੀਰ ਹੈਲੋ ਹੈਲੋ ਹੈਲੋ
ਹੈਲੋ ਹੈਲੋ ਹੈਲੋ ਚੜੈਕ ਦਾ ਸਾਈਦੋ ਜੀ ਸਾਈਮੀ ਬਾਈ ਦਾ ਮੈਂ ਜੀ ਗਰਾਊਂਡ ਦੇ ਵਿੱਚ ਆ ਚੜੈਕ ਬਰਸੋ ਸਾਈਦੋ ਹੈਲੋ ਚੜੀਕ ਤੇ ਸਾਈਦੋ ਕੇ ਦੋਨੇ ਟੀਮਾਂ ਕੱਪੜੇ ਉਤਾਰ ਕੇ ਖੇਡ ਮੈਦਾਨ ਵਿੱਚ ਪੁੱਜਣ ਹੈਲੋ ਚੜੀਕ ਤੇ ਸਾਈਦੋ ਕੇ ਪਹਿਲਾ ਸੈਮੀਫਾਈਨਲ ਮੁਕਾਬਲਾ ਚੜੀਕ ਤੇ ਸਾਈਦੋ ਕੇ ਦੋਨੇ ਟੀਮਾਂ ਕੱਪੜੇ ਉਤਾਰ ਕੇ ਖੇਡ ਮੈਦਾਨ ਵਿੱਚ ਪੁੱਜਣ ਨਾਲ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜ ਗਈਆਂ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਉਂ ਆਖਦਾ ਆਪਣੀ ਆਪਣੀ ਐਂਟਰੀ ਜਮ੍ਹਾਂ ਕਰਾਓ ਤਾਂ ਕਿ ਆਪਾਂ ਕਬੱਡੀ ਓਪਨ ਦੀਆਂ ਸਮੇਂ ਸਿਰ ਟਾਈਆਂ ਕੱਢ ਸਕੀਏ ਤੇ ਮੁਕਾਬਲੇ ਸ਼ੁਰੂ ਕਰਾ ਦਈਏ ਉਸ ਤੋਂ ਪਹਿਲਾਂ ਚੜੀਕ ਤੇ ਸਾਈਦੋ ਕੇ ਦੋਨੇ ਟੀਮਾਂ ਖੇਡ ਮੈਦਾਨ ਨਾਲ ਜੁੜਨ ਕੱਪੜੇ ਉਤਾਰ ਕੇ ਸਿਰਫ 2 ਮਿੰਟ ਦੀ ਕਾਲ ਆ ਖਿਡਾਰੀ ਵੀਰੋ ਗਰਾਊਂਡ ਦੇ ਨਿਯਮਾਂ ਅਨੁਸਾਰ ਸਮੇਂ ਸਿਰ ਪੁੱਜੋ ਚੜੀਕ ਤੇ ਸਾਈਦੋ ਕੇ ਨਾਲ ਦੁਨੀਆਂ ਦੇ ਪ੍ਰਸਿੱਧ ਖਿਡਾਰੀ ਪੁੱਜੇ ਆ ਆਪਾਂ ਸਾਰੇ ਖਿਡਾਰੀਆਂ ਦਾ ਧੰਨਵਾਦ ਕਰਾਂਗੇ ਕਬੱਡੀ ਓਪਨ ਦੀਆਂ ਟੀਮਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹੋਣ ਆਪਣੀ ਆਪਣੀ ਐਂਟਰੀ ਜਮ੍ਹਾਂ ਕਰਾਉਣ ਚੜੀਕ ਤੇ ਸਾਈਦੋ ਕੇ ਜਿਹੜੀ ਟੀਮ ਪਹਿਲਾਂ ਆਏਗੀ ਉਹਦੀ ਪਹਿਲੀ ਕਬੱਡੀ ਹੋਵੇਗੀ ਖੇਡ ਮੈਦਾਨ ਦੇ ਵਿੱਚ ਚੜੀਕ ਤੇ ਸਾਈਦੋ ਕੇ ਦੋਨੇ ਟੀਮਾਂ ਕੱਪੜੇ ਉਤਾਰ ਕੇ ਖੇਡ ਮੈਦਾਨ ਨਾਲ ਜੁੜਨ ਲਓ ਵੱਡੀਆਂ ਲੱਗੀਆਂ ਹੋਈਆਂ ਰੌਣਕਾਂ 14ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਮੋਗੇ ਜ਼ਿਲ੍ਹੇ ਦੀ ਕੁੱਖ ਵਿੱਚ ਵਸੇ ਹੋਏ ਪਿੰਡ ਧੱਲੇ ਕੇ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਆ ਕਿਸੇ ਜਾਣ ਤੇ ਪਹਿਚਾਣ ਦਾ ਮਹਤਾਜ ਨਹੀਂ ਜਿੱਥੇ ਗੱਲ ਹੁੰਦੀ ਮਾਰਕੀਟ ਕਬੱਡੀ ਦੀ ਲਓ ਸਾਹਮਣੇ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਲੱਗੇ ਹੋਏ ਬੈਨਰ ਝੂਲਦੇ ਹੋਏ ਝੰਡੇ ਕਬੱਡੀ ਜਿੰਦਾਬਾਦ ਦੇ ਫੁੱਲਾਂ ਤੋਂ ਨਾਅਰੇ ਦਿੰਦੇ ਨੇ ਹੁਣ ਆਪਾਂ ਖਿਡਾਰੀ ਵੀਰਾਂ ਨੂੰ ਅਨਾਊਂਸ ਕਰੀਏ ਚੜੀਕ ਤੇ ਸਾਈਦੋ ਕੇ ਦੋਨੇ ਟੀਮਾਂ ਖੇਡ ਮੈਦਾਨ ਨਾਲ ਜੁੜਨ ਚੜੀਕ ਵਰਸ ਸਾਈਦੋ ਕੇ ਦੋਨੇ ਟੀਮਾਂ ਨੂੰ ਆਖਰੀ ਕਾਲ ਆ ਵੀਰ ਜਿਹੜੀ ਟੀਮ ਪਹਿਲਾਂ ਆਈ ਪਹਿਲੀ ਰੇਡ ਉਸ ਟੀਮ ਦੀ ਹੋਵੇਗੀ ਨੋਟ ਕਰ ਲਓ ਖਿਡਾਰੀ ਵੀਰੋ ਨਾਲ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜ ਰਹੀਆਂ ਆਪਾਂ ਸਪੋਰਟਸ ਕਲੱਬ ਦੀ ਤਰਫੋਂ ਧੰਨਵਾਦ ਕਰਾਂਗੇ ਆਪਣੀ ਆਪਣੀ ਐਂਟਰੀ ਫੀ ਜਮ੍ਹਾਂ ਕਰਾਓ ਵੀਰ ਨਾਲ ਪੰਜਾਬ ਲਾਈਵ ਵਨ.com ਦੇ ਜ਼ਰੀਏ ਪੂਰੀ ਦੁਨੀਆਂ ਦੇ ਵਿੱਚ ਅੱਜ ਦਾ ਇਹ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਜਿੰਨੇ ਵੀ ਕਬੱਡੀ ਦੇ ਆਸ਼ਕ ਪੁੱਜੇ ਦਰਸ਼ਕ ਵੀਰ ਬਜ਼ੁਰਗ ਵੀਰ ਬੱਚੇ ਸਾਰਿਆਂ ਨੂੰ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਉਂ ਆਖਦਾ ਸਾਥੀ ਬੁਲਾਰੇ ਔਰ ਰੈਫਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਵੇ ਸਮੁੱਚੇ ਸਪੋਰਟਸ ਕਲੱਬ ਦੀ ਤਰਫੋਂ ਚੜੀਕ ਤੇ ਸਾਈਦੋ ਕੇ ਜਿਹੜੀ ਟੀਮ ਪਹਿਲਾਂ ਆਈ ਪਹਿਲੀ ਰੇਡ ਉਹ ਟੀਮ ਦੀ ਹੋਵੇਗੀ ਨੋਟ ਕਰੋ ਖਿਡਾਰੀ ਵੀਰੋ ਸਿਰਫ ਦੋਨੇ ਟੀਮਾਂ ਨੂੰ 1 ਮਿੰਟ ਦੀ ਕਾਲ ਆ ਰੇਸ਼ਮ ਸਿਆ
ਘੜੀ ਦੇ ਟਾਈਮ ਨੋਟ ਕਰ ਲਾ, ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਜੋ ਫੈਸਲਾ ਕਰੇਗੀ ਆਪਾਂ ਉਹਦੇ ਨਿਯਮਾਂ ਅਨੁਸਾਰ ਚੱਲਾਂਗੇ, ਚਿੜੀ ਕਿਤੇ ਸਹਿਤ ਹੋ ਕੇ। ਹੈਲੋ, ਧੱਲੇ ਗਏ ਦੇ ਖਿਡਾਰੀ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੇ ਉਹਨਾਂ ਨੇ ਓਪਨ ਦੀ ਟੀਮ ਐਂਟਰ ਕਰਾਉਣੀ ਆ ਤੇ ਕੋਈ ਵੀ ਖਿਡਾਰੀ ਆਣ ਕੇ ਤੇ ਸਟੇਜ ਤੇ ਮਿਲਣ, ਚਿੜੀ ਕਿਤੇ ਸਹਿਤ ਹੋ ਕੇ ਦੋਨੇ ਟੀਮਾਂ ਕੱਪੜੇ ਉਤਾਰ ਕੇ ਖੇਡ ਮੈਦਾਨ ਦੇ ਵਿੱਚ ਪੁੱਜਣ। ਜਿਹੜੀ ਟੀਮ ਪਹਿਲਾਂ ਆਵੇਗੀ ਉਹਦੀ ਪਹਿਲੀ ਕਬੱਡੀ ਹੋਵੇਗੀ। ਖਿਡਾਰੀ ਵੀਰ ਨੋਟ ਕਰੋ, ਗਰਾਊਂਡ ਦੇ ਨਿਯਮ ਭੰਗ ਨਹੀਂ ਕਰਨੇ, ਨਾਲ ਕਬੱਡੀ ਓਪਨ ਦੀਆਂ ਟੀਮਾਂ ਨੋਟ ਕਰੋ। ਜਿੰਨੇ ਵੀ ਖਿਡਾਰੀ ਵੀਰ ਪੁੱਜੇ ਜਾ ਰਹੇ, ਦੁਨੀਆਂ ਦੇ ਸਟਾਰ ਖਿਡਾਰੀ ਪੁੱਜੇ ਆ, ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਉਂ ਆਖਦਾ, ਅਸੀਂ ਜਿਹੜੀ ਟੀਮ ਅਨਾਊਂਸ ਕਰਕੇ ਉਹੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜੇ। ਪਰ ਵੀਰ ਸਮੇਂ ਸਿਰ ਆਉਣਾ, ਅਸੀਂ ਸਾਰੀਆਂ ਟੀਮਾਂ ਨੂੰ ਜਿਉਂ ਆਖਾਂਗੇ, ਗਰਾਊਂਡ ਦੇ ਨਿਯਮ ਭੰਗ ਨਹੀਂ ਕਰਨੇ, ਸਮੇਂ ਸਿਰ ਪੁੱਜਣਾ। ਜਿੰਨੇ ਵੀ ਐਨਆਰਈ ਵੀਰ ਪ੍ਰਵਾਸੀ ਵੀਰ ਪੁੱਜੇ ਆ, ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਤਰਫੋਂ। ਗਰਾਊਂਡ ਖਾਲੀ ਆ ਖਿਡਾਰੀ ਵੀਰੋ, ਸਮੇਂ ਨੂੰ ਸਮਾਂ ਸਮਝਦੇ ਹੋਏ ਖੇਡ ਮੈਦਾਨ ਦੇ ਨਾਲ ਜੁੜੋ। ਚਿੜੀਕ ਤੇ ਸਹਿਤ ਹੋ ਕੇ ਦੋਨੇ ਟੀਮਾਂ ਖੇਡ ਮੈਦਾਨ ਦੇ ਨਾਲ ਜੁੜਨ। ਜਿਹੜੀ ਟੀਮ ਪਹਿਲਾਂ ਆਵੇਗੀ ਪਹਿਲੀ ਕਬੱਡੀ ਉਹ ਟੀਮ ਦੀ ਹੋਵੇਗੀ। ਪਹਿਲਾਂ ਬਹੁਤ ਸਮਾਂ ਲੰਘ ਗਿਆ ਵੀਰ, ਹੁਣ ਖੇਡ ਮੈਦਾਨ ਦੇ ਵਿੱਚ ਆ ਜਾਓ। ਚਿੜੀਕ ਤੇ ਸਹਿਤ ਹੋ ਕੇ ਧੱਲੇ ਗਏ ਦੀ ਟੀਮ 22 ਦੇ ਵਿੱਚ ਆ, 70 ਕਿਲੋ ਭਾਰ ਵਰਗ ਦੇ ਵਿੱਚ। ਕੱਲ ਆਪਾਂ ਮੁਕਾਬਲੇ ਤੱਕੇ 62 ਕਿਲੋ ਦੀ ਗੱਲ ਹੋਈ ਖੇਡ ਮੈਦਾਨਾਂ ਦੇ ਵਿੱਚ। ਅੱਜ ਦੁਨੀਆਂ ਦੇ ਸਟਾਰ ਖਿਡਾਰੀ ਪੁੱਜੇ ਆ, ਲੋ ਪ੍ਰਸਿੱਧ ਬਿਆਂਤ ਨਿਧਾ ਵਾਲਗਾ ਵੀ ਆਇਆ, ਮੰਗਲ ਘਾਲੀ ਵੀ ਪੁੱਜਾ, ਸਤਨਾਮ ਡੱਗੂ ਰਮਾਣੀ ਧਰਤੀ ਦਾ ਪ੍ਰਸਿੱਧ ਖਿਡਾਰੀ ਪੁੱਜੇ। ਆਪਾਂ ਸਾਰੇ ਖਿਡਾਰੀਆਂ ਦਾ ਜੀਓ ਆਖਾਂਗੇ। ਹੁਣ ਚਿੜੀਕ ਤੇ ਸਹਿਤ ਹੋ ਕੇ ਦੋਨੇ ਟੀਮਾਂ ਕੱਪੜੇ ਉਤਾਰ ਕੇ ਬਿਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਪੁੱਜਣ। ਖਿਡਾਰੀ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੇ ਕੋਈ ਓਪਨ ਦੀ ਟੀਮ ਇੱਥੇ ਆਈ ਆ, ਉਹ ਆਪਣੀ ਓਪਨ ਦੀ ਟੀਮ ਐਂਟਰ ਕਰਵਾ ਸਕਦਾ। ਅਸੀਂ ਜਲਦੀ ਹੀ ਓਪਨ ਦੀਆਂ ਟਾਈਆਂ ਕੱਢ ਦੇਣੀਆਂ ਹੈ। ਬਹੁਤ ਬਹੁਤ ਧੰਨਵਾਦ ਵੀਰ, ਇੱਕ ਟੀਮ ਆ ਰਹੀ ਹੈ, ਚਿੜੀਕ ਦੀ ਟੀਮ ਪੁੱਜ ਰਹੀ ਆ। ਆਪਾਂ ਧੰਨਵਾਦ ਕਰਾਂਗੇ ਸਾਰੇ ਖਿਡਾਰੀ ਵੀਰਾਂ ਦਾ, ਨਾਲ ਸਹਿਦੋ ਕੇ ਦੀ ਟੀਮ ਹੱਥ ਖੜਾ ਕਰੇ ਆ ਰਹੇ ਵੀਰ। ਦੋਨੇ ਟੀਮਾਂ ਪੁੱਜ ਰਹੀਆਂ, ਸਹਿਦੋ ਕੇ ਦੇ ਚਿੜੀਕ ਦਾ ਮੁਕਾਬਲਾ ਹੋਵੇਗਾ, ਸੈਮੀ ਫਾਈਨਲ ਮੁਕਾਬਲਾ ਖੇਡੇ ਜਾਵੇਗਾ, ਹਿੰਦ ਤੇ ਪਾਕ ਵਾਲੀ ਗੱਲ ਹੋਵੇਗੀ। ਖੇਡ ਮੈਦਾਨ ਦੇ ਵਿੱਚ ਬਹੁਤ ਹੀ ਤਕੜਾ ਮੁਕਾਬਲਾ ਹੋਵੇਗਾ। ਨਾਲ ਸਾਡੇ ਅਫੀਸ਼ੀਅਲ ਵੀਰ ਵੀ ਪੁੱਜ ਗਏ ਆ, ਰੇਸ਼ਮ ਫੁੱਲੇ ਵਾਲੇ ਦੀ ਧਰਤੀ ਦਾ ਨਾਲ ਨਿੰਮਾ ਭੋਡੀ ਪੁਰਗਾ। ਆਪਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਕਰਾਂਗੇ, ਨਾਲ ਲਛਮਣ ਘਾਲੀ ਵੀ ਵਿਸ਼ੇਸ਼ ਤੌਰ ਤੇ ਪੁੱਜਾ, ਤੇ ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ ਹੋਵੇ, ਨਾਲ ਡਿਜੀਟਲ ਸ਼ੂਟਿੰਗ ਵਾਲੇ ਵੀਰ ਦਾ ਤੇ ਪੰਜਾਬ ਲਾਈਵ 1.com ਵਾਲੇ ਵੀਰਾਂ ਦਾ, ਨੀਟੀ ਹੁਣ ਦੀ ਸਮੁੱਚੀ ਟੀਮ ਦਾ, ਡਰੋਲੀ ਵਾਲੇ ਭਾਈ ਵਾਲੇ ਵੀਰ ਵਿਸ਼ੇਸ਼ ਤੌਰ ਤੇ ਪੁੱਜੇ। ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਪੋਰਟਸ ਕਲੱਬ ਦੀ ਤਰਫੋਂ।
ਨਾਲ ਆਪਾਂ ਧੰਨਵਾਦ ਕਰਾਂਗੇ ਸਮੁੱਚੇ ਸਪੋਰਟਸ ਕਲੱਬ ਦਾ ਸਰਦਾਰ ਹਰਦੇਵ ਸਿੰਘ ਜੀ ਜੌਲ ਜੋ ਕਿ ਚੇਅਰਮੈਨ ਨੇ ਟਰੱਸਟ ਥੱਲੇ ਗਏ, ਸਰਦਾਰ ਰਮਿੰਦਰ ਸਿੰਘ ਜੀ ਜੌਲ ਕਲੱਬ ਪ੍ਰਧਾਨ, ਸਰਦਾਰ ਅਮਰਜੀਤ ਸਿੰਘ ਜੀ ਕਲੱਬ ਸੈਕਟਰੀ, ਸਾਡੇ ਬਹੁਤ ਹੀ ਸਤਿਕਾਰਯੋਗ ਨੇ, ਵੱਡੀਆਂ ਜ਼ਿੰਮੇਵਾਰੀਆਂ ਨੇ, ਸਰਦਾਰ ਬੂਟਾ ਸਿੰਘ ਜੀ ਕਲੱਬ ਕੈਸ਼ੀਅਰ, ਕੁਲਵੰਤ ਸਿੰਘ ਜੀ ਜੌਲ ਕਲੱਬ ਸਟੇਟ ਸੈਕਟਰੀ, ਨਿਰਮਲ ਸਿੰਘ ਜੀ ਕਲੱਬ ਮੀਤ ਪ੍ਰਧਾਨ, ਨਿਰਭੈ ਸਿੰਘ ਜੀ ਕਲੱਬ ਮੈਂਬਰ, ਹਰਜਿੰਦਰ ਸਿੰਘ ਜੀ ਕਲੱਬ ਮੈਂਬਰ, ਭੋਲਾ ਵਾਲੀਆ ਕਲੱਬ ਮੈਂਬਰ, ਸਰਦਾਰ ਜਗਰੂਪ ਸਿੰਘ ਜੀ ਕਲੱਬ ਮੈਂਬਰ, ਸਰਦਾਰ ਮਨਜੀਤ ਸਿੰਘ ਜੀ ਕਲੱਬ ਮੈਂਬਰ, ਸਰਦਾਰ ਰਾਜਾ ਜੌਲ ਯੂਐਸਏ ਵਾਲੇ ਸਾਰੇ ਕਲੱਬ ਮੈਂਬਰਾਂ ਦਾ ਆਪਾਂ ਧੰਨਵਾਦ ਕਰਾਂਗੇ, ਸਾਡੇ ਬਹੁਤ ਸਤਿਕਾਰਯੋਗ ਸਰਦਾਰ ਕੁਲਵਿੰਦਰ ਸਿੰਘ ਜੀ ਕਲੱਬ ਮੈਂਬਰ, ਹਰਵਿੰਦਰ ਸਿੰਘ ਜੀ ਜੌਲ ਕਲੱਬ ਮੈਂਬਰ, ਆਪਾਂ ਸਮੁੱਚੇ ਸਪੋਰਟ ਕਲੱਬ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਦੇ ਉਦਮ ਲਗਨ ਸਦਕਾ ਅੱਜ ਦਾ ਇਹ ਖੇਡ ਮੇਲਾ ਆਖਰੀ ਪਲਾਂ ਤੇ ਪੁੱਜਾ, ਆਪਾਂ ਸਾਰੇ ਸਪੋਰਟ ਕਲੱਬ ਦਾ ਧੰਨਵਾਦ ਕਰਾਂਗੇ। ਦੋਨੇ ਟੀਮਾਂ ਖੇਡ ਮੈਦਾਨ ਵਿੱਚ ਪੁੱਜ ਗਈਆਂ, ਆਪਾਂ ਹੁਣ ਮਾਰਕੀਟ ਕਬੱਡੀ ਦੀ ਗੱਲ ਕਰਾਂਗੇ ਖੇਡ ਮੈਦਾਨ ਦੇ ਵਿੱਚ। ਦੋਨੇ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਸੱਟ ਲਾ ਲਓ, ਟੌਸ ਪਾਓ, ਸੈਂਟਰ ਲੈਣ ਤੇ ਆਓ ਤੇ ਆਪਾਂ ਮੁਕਾਬਲਾ ਸ਼ੁਰੂ ਕਰਾਈਏ। ਪੰਜਾਬੀ ਵੀਰਿਓ, ਸਭ ਸਰਦਾਰ ਲਾਲ ਸਿੰਘ ਜੌਲ ਸਟੇਡੀਅਮ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ, ਪੂਰੇ ਜੋਵਣ ਤੇ ਚੱਲਦਾ ਹੋਇਆ ਕਬੱਡੀ ਕੱਪ ਲਓ ਸਾਹਮਣੇ ਮੁਕਾਬਲਾ ਸ਼ੁਰੂ ਹੋਵੇਗਾ। ਮੋਗੇ ਜ਼ਿਲ੍ਹੇ ਦੀ ਕੁੱਖ ਵਿੱਚ ਵਸਿਆ ਹੋਇਆ ਪਿੰਡ ਧੱਲੇਗੇ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਆ, ਕਬੱਡੀ ਦਾ ਕੱਪ ਕਰਵਾਇਆ ਜਾਂਦਾ, ਅਖਬਾਰਾਂ ਦੀਆਂ ਸੁਰਖੀਆਂ ਦੇ ਵੱਡਾ ਨਾਂ ਆ। ਲਓ ਪੰਜਾਬ ਦੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਆ, ਯੋਧਿਆਂ ਦੀ ਧਰਤੀ ਆ, ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗਿਆਂ ਦੀ ਨਗਰੀ ਆ, ਜਿੱਥੇ ਬਾਬੇ ਨਾਨਕ ਜਨਮ ਲਿਆ, ਜਿੱਥੇ ਗੁਰੂ ਗੋਬਿੰਦ ਸਿੰਘ ਜਨਮ ਲਿਆ। ਮੁੱਲ ਪੈਂਦਾ ਤੇਰਾ ਤੇਰਾਂ ਦਾ, ਇਹ ਰਣ ਹੈ ਬਾਬਰ ਸ਼ੇਰਾਂ ਦਾ, ਇਹ ਗੜ੍ਹ ਅਣਖੀਲੇ ਸ਼ੇਰਾਂ ਦਾ, ਜਿੱਥੇ ਗੁਰੂ ਗੋਬਿੰਦ ਸਿੰਘ ਜਨਮ ਲਿਆ। ਮੁੱਲ ਪੈਂਦਾ ਤੇਰਾ ਤੇਰਾਂ ਦਾ। ਲਓ ਖੇਡ ਮੈਦਾਨ ਦੇ ਨਾਲ ਆਪਾਂ ਜੁੜਾਂਗੇ, ਦੋਨੇ ਟੀਮਾਂ ਸਿੱਟ ਲਾ ਲੈਣ। ਸਹਿਦੋ ਕਹਿੰਦੇ ਟੀਮ ਚੜ੍ਹਦੇ ਵਾਲੀ ਸਾਈਡ ਆ, ਪੁਆਇੰਟ ਵਾਲਾ ਵੀਰ ਲੋਡ ਕਰੇ। ਚਿੜਕ ਦੀ ਟੀਮ ਸ਼ਿਵਦੇ ਵਾਲੀ ਸਾਈਡ ਆ ਤੇ ਮੁਕਾਬਲਾ ਸ਼ੁਰੂ ਕਰਾ ਦਿਓ। ਲਓ ਸਾਹਮਣੇ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਖੇਡ ਮੈਦਾਨ ਚ। ਪਹਿਲੀ ਕਬੱਡੀ ਕੀ ਦੇ ਹਿੱਸੇ ਵਿੱਚ ਆਈ ਆ, ਪਹਿਲੀ ਕਬੱਡੀ ਚੜਿਕ ਦੇ ਹਿੱਸੇ ਵਿੱਚ ਆਈ ਆ। ਲਓ ਸਾਹਮਣੇ ਆ ਨੌਜਵਾਨ ਦਾ ਨਾਮ ਪਿੱਲੀ ਆ, ਕੋਈ ਭਲੂਰ ਪਿੰਡ ਦਾ ਆਖਦਾ ਸੀ, ਜਲਦੀ ਪਿੰਡ ਮਾਲਾ। ਲਓ ਮੇਜਰ ਭਲੂਰ ਵਾਲੇ ਨੇ ਲੰਡੇ ਕੇ ਕਬੱਡੀ ਕੱਪ ਦੇ ਬੋਲਟ ਮੋਟਰਸਾਂ ਦੇ ਨਾਲ ਵੱਡਾ ਮਾਣ ਦਿੱਤਾ। ਬਿੱਲੀ ਭਲੂਰ ਦੀ ਧਰਤੀ ਦਾ ਵਧਿਆ ਹੋਇਆ ਤੇ ਨਿੰਮਾ ਭੋਡੀਪੁਰੇ ਵਾਲਾ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਆ, ਫੈਸਲਾ ਕਰਦਾ ਕਿ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ। ਜੀ ਇੱਕ ਇੱਕ ਲੈਣ ਮੈਣ ਲਾ ਦਿਓ ਜੀ, ਸਪੋਰਟਸ ਕਲੱਬ ਨੂੰ ਬੇਨਤੀ ਆ, ਇੱਕ ਇੱਕ ਲੈਣ ਮੈਣ ਲਾ ਦਿਓ। ਲਓ ਸਾਹਮਣੇ ਬਾਂਟੀ ਦੀ ਪੈਂਦੀ ਹੋਈ ਕਬੱਡੀ, ਸਹਿਜੋ ਦਾ ਪਿੰਡ ਮੱਖਣ ਦਾ ਪਿੰਡ ਆ, ਪ੍ਰਸਿੱਧ ਖਿਡਾਰੀ ਆ, 13 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬਾਜੀਗਾ ਸਹਿਜੋ ਦੇ ਪਿੰਡ ਦਾ ਮੱਖਣ। ਲਓ ਸਾਹਮਣੇ ਪੁਆਇੰਟ ਰੇਡਰ ਦੇ ਹਿੱਸੇ ਜੋੜਦਾ ਹੋਇਆ, ਇੱਕ ਇੱਕ ਲੈਣ ਮੈਣ ਲਾ ਦਿਓ ਵੀਰ। ਆਪਾਂ ਧੰਨਵਾਦ ਕਰਾਂਗੇ ਸਮੁੱਚੇ ਸਪੋਰਟਸ ਕਲੱਬ ਦਾ ਕਿ ਜਿਹਨਾਂ ਮੈਨੂੰ ਹੱਥੀ ਸ਼ਾਵਾਂ ਕੀਤੀਆਂ,
ਡਿੱਗਦੇ ਦੀ ਫੜੀ ਮੇਰੀ ਬਾਹੇ, ਮੇਰਾ ਕੀ ਆ ਮੇਰੇ ਕੋਲੇ ਮਾਲਕਾ, ਤੇਰੀ ਦੁਨੀਆਂ ਦਾ ਦਿੱਤਾ ਹੋਇਆ ਨਾ ਏ, ਤੇਰੀ ਦੁਨੀਆਂ ਦਾ ਦਿੱਤਾ ਹੋਇਆ ਨਾ ਏ। ਲਓ ਸਾਹਮਣੇ ਅਗਲੇਰੀ ਕਬੱਡੀ ਫਿਰ ਪੈਂਦੀ ਹੋਈ ਦੂਸਰੇ ਪਾਸੇ ਸਹਿਜੋਗਿਰੀ ਧਰਤੀ, ਨੀਲੇ ਦਾ ਪਿੰਡ, ਮੱਖਣ ਦਾ ਪਿੰਡ। ਲਓ ਸਾਹਮਣੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਛਕੀਨਾ ਵੱਲ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਭੋਲੂ ਦੀ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਵਿੱਚ, ਕਿ ਖੇਡਦਾ ਕਬੱਡੀ ਹੋਵੇ ਹਜੇ ਪਹਿਲੀ ਰੇਡ ਪਾਈ ਹੋਵੇ, ਲੱਗਦਾ ਜੱਫਾ ਵੇਖ ਤਾੜੀ ਦਰਸ਼ਨਾ ਵਜਾਈ ਹੋਵੇ, ਇੱਕ ਜੋਰ ਨਾਲ ਪਹਿਲਾਂ ਡੇਢ ਅੰਕ ਲੈ ਕੇ ਆਣ ਕੇ ਹੰਝਾਂ ਤੇ ਖੜਦਾ, ਤੇ ਫਿਰ ਦਿਲ ਗੱਭਰੂ ਦਾ ਉਰਜੋ ਉਰਜੋ ਕਰਦਾ। ਵਾਕਈ ਪੰਜਾਬੀ ਵੀਰੋ ਫਿਰ ਦਿਲ ਉਰਜੋ ਉਰਜੋ ਕਰੇਗਾ। ਲਓ ਸਾਹਮਣੇ ਅਲਗੇਰੀ ਕਬੱਡੀ ਚੜੀਕਰੀ ਧਰਤੀ ਦਾ ਫਿਰ ਨੌਜਵਾਨ ਲੱਖੀ। ਲਓ ਸਾਹਮਣੇ ਗਿੰਦੇ ਦੀ ਪੈਂਦੀ ਹੋਈ ਕਬੱਡੀ, ਚਾਰ ਸਟਾਫਰ ਨੇ ਥਾਪਕਾਂ ਮਾਰਦੇ ਨੇ, ਲਲਕਾਰਦੇ ਨੇ, ਵਿਉਂਤਬੰਦੀ ਕਰਦੇ ਨੇ। ਲਓ ਸਾਹਮਣੇ ਇੱਕ ਨੰਬਰ ਤੋਂ ਨੌਜਵਾਨ ਕੋਸ਼ਿਸ਼ ਕਰਦਾ ਹੋਇਆ, ਵੱਜਦੀਆਂ ਹੋਈਆਂ ਚਾਪਟਾਂ ਕਿ ਸ਼ੇਰਾਂ ਦੀਆਂ ਦਿਹਾੜਾਂ, ਸ਼ੇਰਾਂ ਨੂੰ ਸਹਿਣੀਆਂ ਪੈਂਦੀਆਂ ਨੇ। ਲਓ ਸਾਹਮਣੇ ਨੌਜਵਾਨ ਗੱਡਾ ਡੰਡੀਆਂ ਤੇ ਕਰੇਗਾ ਕਿ ਸ਼ੀਸ਼ੇ ਮੂਹਰੇ ਛਾਤੀ ਤਾਂ ਹਰੇਕ ਤਣਦਾ, ਬਾਰ ਸਿੰਘ ਘਰ ਚੋਂ ਹਰੇਕ ਬਣਦਾ, ਪੈਂਦਾ ਜਦੋਂ ਗਰਾਊਂਡ ਵਿੱਚ ਵਾਹ ਜੋਧਿਆ, ਲੈਂਦੇ ਨੇ ਬਗਾਨੇ ਪੁੱਤ ਢਾਹ ਜੋਧਿਆ, ਚਾਹੀਦੀ ਫਲਾਰ ਜਿਹੀ ਹੱਡੀ ਲੰਘੀ ਆਣੀਆਂ, ਸੌਖੀ ਨੇ ਜੋ ਖੇਡਣੀ ਕਬੱਡੀ ਲੰਘੀ ਆਣੀਆਂ, ਸੌਖੀ ਨੇ ਜੋ ਖੇਡਣੀ ਕਬੱਡੀ ਲੰਘੀ ਆਣੀਆਂ। ਜੇ ਸਾਨੂੰ ਟੀਮਾਂ ਦੋਨੇ ਰਾਜਦੀਆਂ ਦਿਸੀਆਂ, ਜਮੇਲ ਸਪੋਰਟ ਕਲੱਬ ਨੂੰ ਹੱਥ ਜੋੜ ਕੇ ਬੇਨਤੀ ਆ, ਟੀਮਾਂ ਦੋਵੇਂ ਕੱਟ ਦਿੱਤੀਆਂ ਜਾਣਗੀਆਂ, ਨੋਟ ਕਰ ਲਓ ਖਿਡਾਰੀ ਵੀਰੋ। ਜੇ ਟੀਮ ਕੋਈ ਰਾਜਦੀ ਨਹੀਂ ਸੀ, ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਪਰਮਜੀਤ ਸੀ, ਪਰਮਜੀਤ ਕੌਰ ਗੁਲਸ਼ਨ, ਮੈਂਬਰ ਪਾਰਲੀਮੈਂਟ, ਉਹ ਵੀ ਕੁਝ ਪਲਾਂ ਵਿੱਚ ਸਾਡੇ ਦਰਮਿਆਨ ਪੁੱਜਣ ਵਾਲੇ ਆ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬੀਬੀ ਪਰਮਜੀਤ ਕੌਰ ਗੁਲਸ਼ਨ, ਮੈਂਬਰ ਪਾਰਲੀਮੈਂਟ, ਵੱਡੀ ਦੇਣ ਮਾਂਕੜੀ ਕਬੱਡੀ ਨੂੰ, ਜਿਹਦੇ ਪੰਜਾਬ ਸਰਕਾਰ ਨੇ ਕਬੱਡੀ ਦਾ ਮਹਾਕੁੰਭ ਕਰਵਾਇਆ, ਅਕਾਲੀਆਂ ਦੀ ਵੱਡੀ ਦੇਣ ਆ ਮਾਂਕੜੀ ਕਬੱਡੀ ਨੂੰ। ਲਓ ਸਾਹਮਣੇ ਨੌਜਵਾਨ ਵਧਿਆ ਹੋਇਆ ਭੋਲੂ, ਦੂਸਰੇ ਪਾਸੇ ਰੇਸ਼ਮ ਸਿੰਘ, ਫੁੱਲੇ ਵਾਲਗਾ ਨਹੀਂ ਮੰਨਦਾ, ਆਪਣੇ ਸਮੇਂ ਵਿੱਚ ਤਕੜੀ ਕਬੱਡੀ ਖੇਡੀ, ਤਜਰਬਾ ਲੰਮਾ। ਲਓ ਸਾਹਮਣੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ, ਲਓ ਧੱਲੇਗੰਜ ਦੀ ਟੀਮ ਬਾਈ ਦੇ ਵਿੱਚ ਆ, ਜਿਹੜੀ ਟੀਮ ਜਿੱਤੇਗੀ ਉਹਦੇ ਨਾਲ ਕਾਂਟੇ ਵਾਲੀ ਟੱਕਰ ਹੋਵੇਗੀ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਹਾਕਮ ਸਿੰਘ ਦਾ ਪੁੱਤ ਵੜਦਾ ਹੋਇਆ ਖੇਡ ਮੈਦਾਨ ਵਿੱਚ, ਸਿੰਗਾਪੁਰ ਦੇ ਕਬੱਡੀ ਕੱਪ ਦੇ ਬੱਲੇ ਬੱਲੇ ਕਰਵਾਈ, ਪਿਤਾ ਪਰ ਪੂਤ, ਨਸਲ ਪਰ ਘੋੜਾ, ਬਹੁਤ ਅਨੀ ਤਾਂ ਥੋੜਾ ਥੋੜਾ, ਬਹੁਤ ਅਨੀ ਤਾਂ ਥੋੜਾ ਥੋੜਾ, ਪਰ ਨਿਮਾ ਭੋਡੀਪੁਰੇ ਵਾਲਾ ਨਹੀਂ ਮੰਨਦਾ ਪੁਆਇੰਟ, ਸਟਾਪਰ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਕੱਪ ਦੇ ਲਈ ਪਾਰਟੀ ਫਿਰ ਵਾਧਾ ਹੋਇਆ, ਜਿਵੇਂ ਪਾਚੀ ਭਰਦੇ ਨੇ ਉਡਾਰੀ ਸਮਾਨਾਂ ਵਿੱਚ, ਇਵੇਂ ਹੀ ਭਰਦੇ ਨੇ ਉਡਾਰੀ ਖਿਡਾਰੀ ਮੈਦਾਨਾਂ ਵਿੱਚ, ਪਰ ਕੇ ਜਾਣੇ ਨੇ ਜੋਰ ਜਵਾਨਾਂ ਵਿੱਚ, ਅੱਜ ਸਾਰਿਆਂ ਦੇ ਸਾਹਮਣੇ ਕਿਹੜਾ ਚੰਨ ਵਾਂਗ ਚਮਕੂਗਾ, ਅੱਜ ਤਾਰਿਆਂ ਦੇ ਸਾਹਮਣੇ ਕਿਹੜਾ ਚੰਨ ਵਾਂਗ ਚਮਕੂਗਾ, ਅੱਜ ਤਾਰਿਆਂ ਦੇ ਸਾਹਮਣੇ ਸਾਡੇ ਹਰਦੇਵ ਸਿੰਘ ਜੀ ਜੂਕੇ ਵਾਲੇ ਜੋ ਸਭ ਤੱਕਦੇ ਨੇ ਮਾਂਕੜ ਕਬੱਡੀ ਨੂੰ, ਨਾਲ ਸਾਡੇ ਕੇਵਲ ਸਿੰਘ ਜੀ ਯੂਐਸਏ ਵਾਲੇ, ਸੁਖਮੰਦਰ ਸਿੰਘ ਜੀ ਜੋਹਲ ਸਾਹਿਬ, ਆਪਣੇ ਸਮੇਂ ਤਕੜੀ ਕਬੱਡੀ ਖੇਡੀ, ਮਹਿਤੇ ਨੇ ਆਪਣੇ ਸਮੇਂ ਵਿੱਚ ਤਕੜੀ ਕਬੱਡੀ ਖੇਡੀ ਤੇ ਆਪਣੇ ਪਿੰਡ ਦਾ ਨਾਂ ਪੂਰੀ ਦੁਨੀਆਂ ਦੇ ਵਿੱਚ ਚਮਕਾਇਆ, ਜਿਨ੍ਹਾਂ ਨੇ ਬੂਟੇ ਲਾਏ ਚਰਨਾ ਧੱਲੇਗੇ ਪਿੰਡ ਵਾਲਾ, ਅੰਗਰੇਜ਼ ਧੱਲੇਗੇ ਪਿੰਡ ਵਾਲਾ ਦੇ ਨਾਲ ਮੇਰੇ ਵੀਰ ਅੰਮ੍ਰਿਤ ਸੋਹਣੇ ਬੋਲ ਬੋਲਦਾ। ਲਓ ਸਾਹਮਣੇ ਬਿੱਲੀ ਮਾਲੇ ਪਿੰਡ ਵਾਲਾ ਵਾਧਾ ਹੋਇਆ, ਲਓ ਸਾਹਮਣੇ ਅੱਜ ਚੜਿਕਰੀ ਧਰਤੀ ਵੱਲ
ਵੱਲੋਂ ਧਾਵੇ ਹੋਦਾ ਲਓ ਪੁਆਇੰਟ ਰੇਡਰ ਦੇ ਖਾਸ ਵਿਜੋੜਦਾ ਹੋਇਆ ਨਿਮਾ ਭੋਡੀ ਪੁਰੀ ਦਾ ਫੈਸਲਾ ਕਰਦਾ ਤੇ 30 ਸਕਿੰਟਾਂ ਦੀ ਗੱਲ ਕਰੇਗਾ ਲਕਸ਼ਮਣ ਕਾਲੀ ਲਓ ਸਾਹਮਣੇ ਅਲਗੇਰੀ ਕਬੱਡੀ ਭੋਲੋ ਦੀ ਫਿਰ ਪੈਂਦੀ ਹੋਈ ਖੇਡ ਮੈਦਾਨ ਵਿੱਚ ਮਾਰੇ ਗਏ ਤਾਰਿਆਂ ਵੇ ਹਰਜੀਤ ਨੇ ਆਖਿਆ ਜਾਂਦੀ ਵਾਰੀ ਕੇਵਲ ਲੋਪੋ ਪੁੱਛਦਾ ਵੀ ਜਦ ਸੇਖੇ ਨੇ ਤਾਂ ਮਾਰੀ ਦੁਨੀਆਂ ਖੜ ਖੜ ਵੇਖੂਗੀ ਕੀਤੀ ਰੱਬ ਨੇ ਕਿਰੋਪੀ ਭਾਰੀ ਮਨਦੀਪ ਕਾਲੀਏ ਵਾਲਾ ਕਹਿੰਦਾ ਕਬੱਡੀ ਉਹਨਾਂ ਦੀ ਰਹੁ ਦੁਨੀਆਂ ਤੇ ਸਰਦਾਰੀ ਕਬੱਡੀ ਉਹਨਾਂ ਦੀ ਰਹੁ ਦੁਨੀਆਂ ਤੇ ਸਰਦਾਰੀ ਅਗਲੀ ਕਬੱਡੀ ਲੱਭੇ ਦੀ ਪੈਂਦੀ ਹੋਈ ਲਓ ਸਾਹਮਣੇ ਲੰਬੇ ਦੀ ਪੈਂਦੀ ਹੋਈ ਕਬੱਡੀ ਕਦੇ ਜੱਫੇ ਲਾਉਂਦਾ ਕਦੇ ਧਾਵੇ ਬੋਲਦਾ ਲਓ ਸਾਹਮਣੇ ਦੋਵਾਂ ਜਾਣਿਆਂ ਵਿੱਚ ਮਾੜਾ ਹੁੰਦਾ ਫਨ ਅੜਿਆ ਤੀਜੇ ਦਾ ਲਓ ਪੁਆਇੰਟ ਨੌਜਵਾਨ ਰੇਡਰ ਦੇ ਹਿੱਸੇ ਜੋੜਦਾ ਹੋਇਆ ਚੱਲ ਵਿੱਚ ਕਿੰਨਾ ਲਓ ਸਾਹਮਣੇ ਸਤਿਗੁਰੂ ਇਹਦੀ ਮਾਂ ਨੇ ਲਓ ਗੁਰਬਾਣੀ ਦੇ ਵਿੱਚ ਸ਼ਬਦ ਲਿਆ ਸਤਿਗੁਰ ਦਾ ਓਟ ਆਸਰਾ ਸਤਿਗੁਰ ਦੀ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਵਿੱਚ ਚਾਰ ਸਟਾਪਰ ਨੇ ਕਿ ਮਾਰ ਥਾਪੀਆਂ ਪੱਟਾਂ ਤੇ ਲੱਖਾਂ ਤੋਚੀ ਜਵਾਰਾ ਲਾਲੀ ਲੋਕੀ ਗੱਲਾਂ ਕਰਦੇ ਵੀ ਮਹਿਮਾ ਮੰਦਿਰ ਮੁੜਨਾ ਖਾਲੀ ਲੋਕੀ ਗੱਲਾਂ ਕਰਦੇ ਵੀ ਮਹਿਮਾ ਮੰਦਿਰ ਮੁੜਨਾ ਖਾਲੀ ਲਓ ਸਾਹਮਣੇ ਨੌਜਵਾਨ ਸਟਾਪਰ ਦੀ ਕੋਸ਼ ਉਹ ਕੱਢ ਕੇ ਬਗਾਨਾ ਪੁੱਤ ਮਾਰਿਆ ਜਿਵੇਂ ਹੁੰਦਾ ਮੱਖਣ ਚਵਾਲਨੀ ਚੰਗਾ ਮੁੱਲ ਪਾਇਆ ਸਾਡੇ ਹੀਰੀਏ ਮਾਝੀਆਂ ਚੁਰਾ ਕੇ ਬਾਰਾਂ ਸਾਲ ਨਾਲ ਆਪਾਂ ਇੱਕ ਇੱਕ ਲੈਣ ਮੈਣ ਲੱਗਾ ਮੇਰਾ ਵੀਰ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੱਡੀਆਂ ਜ਼ਿੰਮੇਵਾਰੀਆਂ ਨੇ ਲਓ ਸਾਹਮਣੇ ਬਿੱਲੀ ਵਾਧਾ ਹੋਇਆ ਕਲਗਿਰੀ ਕ੍ਰੀਡਰ ਧਰਤੀ ਦੇ ਬੱਲੇ ਬੱਲੇ ਕਰਵਾਈਆ ਕਰਪਾਲ ਸਿੰਘ ਨੂੰ ਲੰਡੇ ਕਾਲਾ ਮਾਣ ਕਰਦਾ ਜਲੰਧਰ ਸਿੰਘ ਪੰਜ ਕਰਾਈ ਵਾਲੇ ਨੇ ਵੱਡਾ ਮਾਣ ਕੀਤਾ ਲਓ ਸਾਹਮਣੇ ਮੂਹਰੇ ਆੜ ਕੇ ਹੌਸਲਾ ਕਰਕੇ ਪੁੱਤਰਿਆ ਸਾਂਣ ਸਿੰਘਾਂ ਤੋਂ ਫੜ ਕੇ ਜੱਫਾ ਲਾਈ ਜਾਂਦੇ ਆ ਚੰਗੇ ਕੋਚ ਸਿਆਣੇ ਮਾਪੇ ਚੀਨ ਦਾ ਢੰਗ ਸਿਖਾਈ ਜਾਂਦੇ ਆ ਕੋਚਾਂ ਦੀਆਂ ਮਾਰਾਂ ਖਾਧੀਆਂ ਲਓ ਸਾਹਮਣੇ ਨਹਿਰਾਂ ਦੀਆਂ ਪਟੜੀਆਂ ਤੇ ਮਿਹਨਤ ਲਾਈ ਆ ਕਿ ਨਹਿਰਾਂ ਦੀਆਂ ਪਟੜੀਆਂ ਤੇ ਭੱਜ ਭੱਜ ਬੜੀ ਮਿਹਨਤ ਲਾਈ ਆ ਖੇਡਣਾ ਕਬੱਡੀ ਬੜੀ ਸਖਤ ਕਮਾਈ ਆ ਮਾੜਾ ਕਿਤੋਂ ਸਹਿਲੂ ਪੂਰੇ ਪਏ ਜਵਾੜਿਆਂ ਤੇ ਖਾਧੀ ਹੋਵੇ ਖਾਕ ਗਗਨ ਸਿਆਹ ਰੰਗ ਦਿਖਾਉਂਦੀ ਖਾੜਿਆਂ ਤੇ ਕੈਮਰੇ ਫੋਕਸ ਨੇ ਲਓ ਸਾਹਮਣੇ ਨੌਜਵਾਨ ਹੰਧਾਂ ਦੇ ਲਾਗੇ ਕਿ ਉਹ ਫਰੀਦਾ ਸੁੱਤਿਆ ਤੇਰੀ ਦਾੜੀ ਆਇਆ ਨੂਰ ਅੱਗਾ ਰਹਿ ਗਿਆ ਨੇੜੇ ਤੇ ਪਿੱਛਾ ਰਹਿ ਗਿਆ ਦੂਰ ਸਮਝਦੀ ਕਬੱਡੀ ਆ ਪੰਜਾਬੀ ਦੇ ਲਓ ਸਾਹਮਣੇ ਕਿੱਥੇ ਆ ਕਿ ਕਰਮਾਂ ਨੇ ਦਿੱਤੀ ਹਾਰ ਵੇ ਕੜਿਆ ਚੁਨਾ ਤੂੰ ਮੈਨੂੰ ਲਾ ਦੇ ਪਾਰਵੇ ਕੜਿਆ ਚੁਨਾ ਤੂੰ ਮੈਨੂੰ ਲਾ ਦੇ ਪਾਰਵੇ 30 ਸਕਿੰਟਾਂ ਦਾ ਰੂਟਰ ਬਾਈ ਦਾ ਕੈਰੀ ਆਉਣ ਭਾਜੀ ਹੈਲੋ ਆ ਥੱਲੇ ਗਏ ਦੇ ਓਪਨ ਦੇ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਉਹ ਜਲਦੀ ਤੇ ਜਲਦੀ ਸਟੇਜ ਤੇ ਆ ਕੇ ਸਾਡੇ ਨਾਲ ਸੰਪਰਕ ਕਰਨ ਥੱਲੇ ਗਏ ਦੇ ਓਪਨ ਦੇ ਖਿਡਾਰੀ ਵੀਰ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਹਾਕਮ ਸਿੰਘ ਦਾ ਪੁੱਤ ਫਿਰ ਵਧਿਆ ਹੋਇਆ ਲਓ ਡੋਲੇ ਦੇ ਤਵੀਤ ਬੰਨਿਆ ਮੁੰਡੇ ਬਣ ਗਿਆ ਕਮਾਂਤਰੀ ਖਿਡਾਰੀ ਲਓ ਸਾਹਮਣੇ ਮਿਹਣੋ ਮਿਹਣੀ ਫੁੰਦੇ ਹੋਏ ਖੇਡ ਮੈਦਾਨ ਚ ਪੁਆਇੰਟ ਲੜਦਾ ਨੀ ਮੇਰੇ ਵੀਰੇ ਪਿਆਰ ਦੀ ਗੇਮ ਖੇਡਣਾ ਪਿਆਰ ਦੀ ਭਾਵਨਾ ਦੇ ਨਾਲ ਸਬੂਤ ਦੇਣਾ ਸਾਰੇ ਖਿਡਾਰੀ ਵੀਰ ਨੋਟ ਕਰ ਲਓ ਸਾਡੇ ਜਤਿੰਦਰ ਸਿੰਘ ਜੀ ਧਾਲੀਵਾਲ ਹਰਨੇਕ ਸਿੰਘ ਜੀ ਜੌਹਰ ਸਾਹਿਬ ਦੇ ਨਾਲ ਬੈਠੇ ਹੋਏ ਨੇ ਆਪਾਂ ਦਸ਼ਮੇਸ਼ ਸਪੋਰਟਸ ਕਲੱਬ ਦੀ ਤਰਫੋਂ ਜੀਓ ਆਖਦੇ ਸਾਰੇ ਸੱਜਣਾਂ ਨੂੰ ਜਿੰਨੇ ਵੀ ਚੀਫ ਗੈਸਟ ਪੁੱਜੇ ਹੋਏ ਆ ਐਨਆਰਡੀ ਵੀਰ ਪ੍ਰਵਾਸੀ ਵੀਰ ਸਰਦਾਰ ਜਮੀਲ ਸਿੰਘ ਜੀ ਜੌਹਰ ਜਾਦਗਰ ਸ਼ੇਰ ਦੇ ਉੱਪਰ ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਜੀਓ ਆਖਾਂਗੇ ਮੋਸਟ ਵੈਲਕਮ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ ਨੌਜਵਾਨ ਖੇਡ ਮੈਦਾਨ ਵਿੱਚ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਵਿੱਚ ਦੂਸਰੇ ਪਾਸੇ ਚਾਰ ਸਟਾਪ ਨੇ ਜਿਵੇਂ ਸਾਡੇ
ਉਸਤਾਦ ਪ੍ਰੋਫੈਸਰ ਮੱਖਣ ਕੀਪਰ ਕਹਿੰਦੇ ਹੁੰਦੇ ਆ, ਹਵਾਏ ਫੈਸਲਾ ਕਰੇਗੀ ਰੋਸ਼ਨੀ ਕਾ, ਜਿਸ ਦੀਏ ਮੇ ਦਮ ਹੋਗਾ ਉਹ ਟਿਕ ਜਾਏਗਾ। ਲਓ ਸਾਹਮਣੇ ਸਮੇਂ ਦੀ ਕਬਾੜੀ ਮਹਤਾਜ ਆ, ਖੇਡ ਮੈਦਾਨ ਚ ਮਿਣ ਮਿਣ ਹੁੰਦੇ ਹੋਏ ਪਰ ਪੁਆਇੰਟ ਰੇਡਰ ਦੇ ਖਾਤੇ ਵਿੱਚ ਜੋੜਦਾ ਹੋਇਆ, ਚੱਲ ਵੀ ਨੌਜਵਾਨਾਂ ਵਾਹ ਸਤਿਗੁਰੂ ਸਿਆ ਪਾ ਕਬਾਡੀ ਖੇਡ ਮੈਦਾਨ ਚ ਕਿ ਸੀ ਬਲਵਿੰਦਰ ਫੇਡਾ ਘੋੜਨ ਲੰਮੀ ਭਾਰੀ ਦਾ ਨਾਲ ਲੰਮੀ ਖੇਡੇ ਕਹਿ ਕਹਿਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ। ਹੈਲੋ ਹੈਲੋ, ਅੰਮ੍ਰਿਤ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਉਹ ਸਟੇਜ ਤੇ ਸੰਪਰਕ ਕਰੇ। ਅੰਮ੍ਰਿਤ ਲਓ ਸਾਹਮਣੇ ਅਗਲੇਰੀ ਕਬੱਡੀ ਫਿਰ ਪੈਂਦੀ ਹੋਈ, ਲਓ ਸਾਹਮਣੇ ਬਾਂਟੀ ਨੌਜਵਾਨ ਵਾਲਿਆ ਹੋਇਆ ਖੇਡ ਮੈਦਾਨ ਵਿੱਚ ਦੂਸਰੇ ਪਾਸੇ ਗੱਡਾਡਈਆਂ ਤੇ ਕਰਦਾ ਹੋਇਆ ਨੌਜਵਾਨ ਖੇਡ ਮੈਦਾਨ ਵਿੱਚ ਰੇਸ਼ਮ ਸਿੰਘ ਫੂਲੇ ਵਾਲਗਾ ਫੈਸਲਾ ਕਰਦਾ ਪੁਆਇੰਟ ਸਟਾਪਰ ਦੇ ਹਿੱਸੇ ਜੁੜਦਾ ਹੋਇਆ ਪੰਜਾਬ ਲਾਈਵ ਵਨ.com ਵੀਰਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ। ਗਗਨ ਹੋਣਾ ਦਾ, ਹੈਪੀ ਹੋਣਾ ਦਾ, ਨੀਟ ਹੋਣਾ ਦੀ ਸਮੁੱਚੀ ਟੀਮ ਪੁੱਜੀ ਆ। ਲਓ ਕੈਮਰੇ ਫੋਰਸ ਨੇ ਤੇ ਮੁਕਾਬਲਾ ਸਮਾਪਤ ਹੁੰਦਾ ਹੋਇਆ ਖੇਡ ਮੈਦਾਨ ਵਿੱਚੋਂ ਚਿੜਕ ਦੀ ਟੀਮ ਜਿੱਤ ਗਈ। ਵੀਰ ਨੋਟ ਕਰ ਲਓ ਮਾਸਟਰ ਜੀ, ਚਿੜਕ ਦੀ ਟੀਮ ਬਾਜੀ ਮਾਰ ਗਈ ਇਸ ਮੁਕਾਬਲੇ ਚੋਂ। ਦੋਨੇ ਟੀਮਾਂ ਗਰਾਊਂਡ ਦੇ ਲਾਗੇ ਰਹਿਣ ਵੀਰ, ਕੁਝ ਮਿੰਟ ਦਮ ਮਾਰ ਲਓ ਤੇ ਉਸ ਤੋਂ ਬਾਅਦ ਆਪਾਂ ਮੁਕਾਬਲਾ ਸ਼ੁਰੂ ਕਰਾ ਦਿਆਂਗੇ। ਦੋਨੇ ਟੀਮਾਂ ਗਰਾਊਂਡ ਦੇ ਲਾਗੇ ਰਹਿਣ। ਧੱਲੇ ਗੇ ਤੇ ਚੜਿੱਕ ਦਾ ਮੁਕਾਬਲਾ ਖੇਡ ਮੈਦਾਨ ਵਿੱਚ ਫਾਈਨਲ ਮੁਕਾਬਲਾ ਹੋਵੇਗਾ। ਇੱਕ ਪਾਸੇ ਪਿੰਡ ਦੀ ਮੇਜ਼ਬਾਨ ਟੀਮ ਹੋਵੇਗੀ, ਦੂਸਰੇ ਪਾਸੇ ਚੜਿੱਕ ਦੀ ਟੀਮ ਹੋਵੇਗੀ। ਨਾਲ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜ ਰਹੀਆਂ ਆਪਾਂ ਸਾਰੀਆਂ ਟੀਮਾਂ ਦਾ ਧੰਨਵਾਦ ਕਰਾਂਗੇ। ਜਿਹੜੀ ਟੀਮ ਦੀ ਐਂਟਰੀ ਫੀਸ ਰਹਿੰਦੀ ਆ, ਕਿਰਪਾ ਕਰਕੇ ਐਂਟਰੀ ਫੀਸ ਜਮ੍ਹਾਂ ਕਰਾ ਦਿਓ। ਵੀਰ ਆਪਾਂ ਸਾਰੇ ਸੱਜਣਾਂ ਦਾ ਧੰਨਵਾਦ ਕਰਾਂਗੇ ਤਾਂ ਕਿ ਕਬੱਡੀ ਓਪਨ ਦੇ ਸਮੇਂ ਸਿਰ ਮੁਕਾਬਲੇ ਸ਼ੁਰੂ ਕਰਾ ਦਿੱਤੇ ਜਾਣ। ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਧੱਲੇ ਕੇ ਪਿੰਡ NRI ਵੀਰਾਂ ਦੇ ਸਹਿਯੋਗ ਨਾਲ ਅੱਜ ਦਾ ਇਹ ਚੱਲ ਰਿਹਾ ਖੇਡ ਮੇਲਾ ਪੂਰੇ ਜੋਬਣ ਤੇ ਹਰਦੇਵ ਸਿੰਘ ਜੀ ਜੌਲ ਇੰਗਲੈਂਡ ਵਾਲੇ, ਡਾਕਟਰ ਬਲਵੀਰ ਸਿੰਘ ਜੀ UK ਵਾਲੇ, ਬਲਵਿੰਦਰ ਸਿੰਘ ਜੀ ਜੌਲ ਸਾਹਿਬ, ਜਗਰੂਪ ਸਿੰਘ ਜੀ ਧਾਲੀਵਾਲ ਕੈਨੇਡਾ ਵਾਲੇ, ਯੁਵਰਾਜ ਸਿੰਘ ਜੀ UK, ਬਲਵੰਤ ਸਿੰਘ ਜੀ UK, ਮਨਜਿੰਦਰ ਸਿੰਘ ਜੀ ਧਾਲੀਵਾਲ ਕੈਨੇਡਾ, ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸੁਰਜੀਤ ਸਿੰਘ ਵਾਲੀਆ ਹਾਂਗਕਾਂਗ ਵਾਲੇ ਵੀਰ, ਜਸਵੰਤ ਸਿੰਘ ਜੀ ਕੈਨੇਡਾ ਵਾਲੇ, ਬਲਵਿੰਦਰ ਸਿੰਘ ਜੀ ਬਰਾੜ ਕੈਨੇਡਾ, ਨਿਰਮਲ ਸਿੰਘ ਜੀ ਕੈਨੇਡਾ, ਗੁਰਦਿਆਲ ਸਿੰਘ ਜੀ UK, ਰਘਵੀਰ ਸਿੰਘ ਜੀ ਕੈਨੇਡਾ, ਬਸੰਤ ਸਿੰਘ ਜੀ UK, ਰਾਜਾ ਜੌਲ UK, ਦੀਪਾ ਬਰਾੜ ਕੈਨੇਡਾ, ਮਲਕੀਤ ਸਿੰਘ ਜੀ ਕੈਨੇਡਾ, ਉਜਾਗਰ ਸਿੰਘ ਜੀ ਜੌਲ ਕੈਨੇਡਾ ਵਾਲੇ, ਭਜਨ ਸਿੰਘ ਜੀ ਕੈਨੇਡਾ, ਰਜਿੰਦਰ ਸਿੰਘ ਜੀ USA ਵਾਲੇ, ਗੁਰਦੀਪ ਸਿੰਘ ਜੀ ਆਸਟ੍ਰੇਲੀਆ ਵਾਲੇ,
ਧਨਵੰਤ ਸਿੰਘ ਜੀ ਕੈਨੇਡਾ, ਅਜਮੇਰ ਸਿੰਘ ਜੀ ਕੈਨੇਡਾ, ਬਲਜੀਤ ਸਿੰਘ ਜੀ ਜੋਹਲ ਦੁਬਈ ਵਾਲੇ, ਜੂਏ ਈ ਵਾਲੇ, ਜਸਮੇਰ ਸਿੰਘ ਜੀ ਯੂਐਸਏ ਵਾਲੇ, ਕਮਲਪ੍ਰੀਤ ਸੇਖੋ ਸਾਹਿਬ ਕੈਨੇਡਾ ਵਾਲੇ, ਕਾਕਾ ਜੋਹਲ, ਸੁਖਮੰਦਰ ਸਿੰਘ ਜੀ ਦੁਬਈ ਵਾਲੇ, ਸਾਰੇ ਐਨਆਰਆਈ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ। ਹੈਲੋ, ਆਹ ਓਪਨ ਵਾਲੇ ਖਿਡਾਰੀ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਅਸੀਂ ਓਪਨ ਦੀਆਂ ਤਾਈਆਂ ਕੱਢਣ ਲੱਗੇ ਹਾਂ, ਕਿਰਪਾ ਕਰਕੇ ਇੱਕ ਇੱਕ ਖਿਡਾਰੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੇ। ਓਪਨ ਵਾਲੇ ਖਿਡਾਰੀ ਜੀ, ਹੈਲੋ, ਇਸ ਖੇਡ ਮੇਲੇ ਨੂੰ ਵੱਡੀ ਦੇਣ ਸਾਡੇ ਸਮੁੱਚੇ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ, ਆਪਾਂ ਸਮੁੱਚੇ ਸਪੋਰਟਸ ਕਲੱਬ ਦੀ ਤਰਫੋਂ ਜੀ ਆਖਾਂਗੇ ਸਾਰੇ ਸੱਜਣਾਂ ਨੂੰ, ਦਾਨੀ ਸੱਜਣਾਂ ਨੂੰ, ਜਿਨ੍ਹਾਂ ਦੀ ਵੱਡੀ ਦੇਣ ਇਸ ਕਬੱਡੀ ਕੱਪ ਦੇ ਵਿੱਚ। ਹਰਦੇਵ ਸਿੰਘ ਜੀ ਜੋਹਲ ਯੂਕੇ ਵਾਲੇ ਨਾਲ, ਸਾਡੇ ਬਲਵਿੰਦਰ ਸਿੰਘ ਜੀ ਜੋਹਲ ਯੂਕੇ ਵਾਲੇ, 51,000 ਰੁਪਏ ਦੀ ਵੱਡੀ ਦੇਣ ਇਸ ਖੇਡ ਮੇਲੇ ਨੂੰ, ਪਹਿਲਾ ਨਾਮ ਉਹਨਾਂ ਵੱਲੋਂ ਦਿੱਤਾ ਜਾਣਾ ਨੇ। ਨਾਲ ਸਾਡੇ ਬਲਵਿੰਦਰ ਸਿੰਘ ਜੀ ਜੋਕੇ ਵਾਲੇ, ਬਲਵੀਰ ਸਿੰਘ ਜੀ ਜੋਕੇ ਵਾਲੇ 35,000 ਰੁਪਏ, ਹਰਨੇਕ ਸਿੰਘ ਜੀ ਧਾਲੀਵਾਲ ਕੈਨੇਡਾ 15,000 ਰੁਪਏ, ਕੇਵਲ ਸਿੰਘ ਜੀ ਯੂਐਸਏ ਵਾਲੇ 11,000 ਰੁਪਏ, ਮਾਸਟਰ ਅਮਰਜੀਤ ਸਿੰਘ ਜੀ 10,000 ਰੁਪਏ। ਵੱਡੀ ਦੇਣ ਮਾਂ ਖੇਡ ਕਬੱਡੀ ਨੂੰ ਵੱਡੀਆਂ ਜ਼ਿੰਮੇਵਾਰੀਆਂ ਸਾਰੇ ਇਹਨਾਂ ਸੱਜਣਾਂ ਦੀਆਂ। ਮਹਿੰਦਰ ਸਿੰਘ ਜੀ ਮੈਂਬਰ 11,000 ਰੁਪਏ, ਸੁਖਮੰਦਰ ਸਿੰਘ ਜੀ ਜੋਹਲ 11,000 ਰੁਪਏ, ਹਰਜਿੰਦਰ ਸਿੰਘ ਜੀ ਰਾਜਾ 5,500 ਰੁਪਏ, ਸਰਦਾਰ ਪੂਰ ਸਿੰਘ ਜੀ ਅਕਾਲੀ 55,500 ਰੁਪਏ, ਜੀਤ ਸਿੰਘ ਜੀ ਸਿੱਧੂ ਕੈਨੇਡਾ 4,100 ਰੁਪਏ, ਧਨਵੰਤ ਸਿੰਘ ਜੀ ਕੈਨੇਡਾ 5,000 ਰੁਪਏ, ਕਰਤਾਰ ਸਿੰਘ ਜੀ ਬਰਾੜ ਕੈਨੇਡਾ 11,000 ਰੁਪਏ, ਨਰਮਲ ਸਿੰਘ ਜੀ ਫੋਰਮੈਨ ਕੈਨੇਡਾ 11,000 ਰੁਪਏ, ਸੁਰਜੀਤ ਸਿੰਘ ਜੀ ਵਾਲੀਆ ਹਾਂਗਕਾਂਗ ਵਾਲੇ ਵੀਰ 11,000 ਰੁਪਏ, ਹਰਬੰਸ ਸਿੰਘ ਜੀ ਸਤਪਾਲ ਸਾਹਿਬ 5,500 ਰੁਪਏ। ਨਾਲ ਸਾਡੇ ਕਰਤਾਰ ਸਿੰਘ ਜੀ ਬਰਾੜ ਕੈਨੇਡਾ ਵਾਲੇ 11,000 ਰੁਪਏ, ਹਰਬੰਸ ਸਿੰਘ ਜੀ ਸਰਪੰਚ ਸਾਹਿਬ 5,500 ਰੁਪਏ, ਬਲਵਿੰਦਰ ਸਿੰਘ ਜੀ ਬਰਾੜ ਕੈਨੇਡਾ 5,500 ਰੁਪਏ, ਕਮਲਪ੍ਰੀਤ ਸਿੰਘ ਜੀ ਸੇਖੋ ਸਾਹਿਬ ਕੈਨੇਡਾ ਵਾਲੇ 5,500 ਰੁਪਏ। ਆਪਾਂ ਇਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਕਰਾਂਗੇ, ਜਿਉਂ ਆਖਾਂਗੇ ਸਪੋਰਟਸ ਕਲੱਬ ਦੀ ਤਰਫੋਂ, ਜਿੰਨੀਆਂ ਵੀ ਲਿਸਟਾਂ ਆਪਾਂ ਸਮੇਂ ਸਮੇਂ ਸਿਰੇ ਸਾਰੀਆਂ ਸਾਂਝੀਆਂ ਕਰਾਂਗੇ। ਪੰਜਾਬੀ ਵੀਰਿਓ ਜੁਗਰਾਜ ਸਿੰਘ ਜੀ ਪ੍ਰਧਾਨ ਕਾਰਪੋਰੇਟ ਸੁਸਾਇਟੀ 3,100 ਰੁਪਏ, ਰਬੜ ਫੈਕਟਰੀ ਵਾਲੇ ਵੀਰ 3,100 ਰੁਪਏ। ਆਪਾਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਰੇ ਸੱਜਣਾਂ ਦਾ। ਨਾਲ ਜੈਦੀਪ ਜੋਹਲ ਸਾਹਿਬ 1,100 ਰੁਪਏ,
ਅਜੈਬ ਸਿੰਘ ਜੀ ਜੋਕੇ ਵਾਲੇ 1100 ਰੁਪਏ, ਰਾਜਾ ਜੋਕੇ 1100 ਰੁਪਏ, ਰਾਮ ਸਿੰਘ ਜੀ ਸਿੱਧੂ ਸਾਹਿਬ 1100 ਰੁਪਏ, ਹਰੀ ਓਮ ਰਾਈਸ ਮਿਲ ਵਾਲੇ 1500 ਰੁਪਏ, ਅਨੰਤ ਆਟੋ ਵਾਲੇ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ 1100 ਰੁਪਏ, ਚਾਨਾ ਵੁੱਡ ਵਰਕਸ 1100 ਰੁਪਏ, ਪਾਪੂ ਗਿੱਲ ਮੋਗਾ 1100 ਰੁਪਏ, ਸੁਖਦੇਵ ਸਿੰਘ ਜੀ ਤਾਲੀਵਾਲ 1100 ਰੁਪਏ, ਧੱਲੇ ਕੇ ਹਾਰਡਵੇਅਰ ਵਾਲੇ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ 1500 ਰੁਪਏ, ਬਰਾੜ ਬ੍ਰਿਗਸ ਮੋਗਾ 1100 ਰੁਪਏ, ਡਾਕਟਰ ਰਾਮ ਸਿੰਘ ਜੀ ਤਾਲੀਵਾਲ 1100 ਰੁਪਏ, ਗੁਰਪ੍ਰੀਤ ਸਿੰਘ ਜੀ ਗਿੱਲ 1100 ਰੁਪਏ, ਬਲਵਿੰਦਰ ਸਿੰਘ ਜੀ ਵਾਲੀਆ ਸਾਹਿਬ 1100 ਰੁਪਏ, ਸੋਹਣ ਸਿੰਘ ਜੀ ਸ਼ਰਾਬ ਪਿਆਰ ਵਾਲੇ 1100 ਰੁਪਏ, ਰਾਮੂ ਵਾਲੀਆਂ ਦੀ ਹੱਟੀ ਵਾਲੇ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ 1100 ਰੁਪਏ, ਮਹਿਲ ਸਿੰਘ ਜੀ ਰਤਾਵਾ ਸਾਹਿਬ 1000 ਰੁਪਇਆ, ਮਕੰਦ ਸਿੰਘ ਜੀ ਜੌਲ 1100 ਰੁਪਏ, ਵਾਲੀਆ ਸੀਮੈਂਟ ਸਟੋਰ 1100 ਰੁਪਏ, ਅਮਰਜੀਤ ਸਿੰਘ ਜੀ 1100 ਰੁਪਏ, ਦਰਸ਼ਨ ਸਿੰਘ ਜੀ ਜੌਲ ਸਾਹਿਬ 1100 ਰੁਪਏ, ਐਸ ਬੀ ਟ੍ਰੇਨਿੰਗ ਕੰਪਨੀ 1100 ਰੁਪਏ, ਗੇਜਾ ਸਿੰਘ 1000 ਰੁਪਏ, ਪਿਆਰਾ ਸਿੰਘ ਜੀ ਫੌਜੀ ਸਾਹਿਬ 1100 ਰੁਪਏ, ਹਰਭਜਨ ਸਿੰਘ ਜੀ 1100 ਰੁਪਏ, ਬਲਦੇਵ ਸਿੰਘ ਜੀ ਜੌਲ ਸਾਹਿਬ 1100 ਰੁਪਏ। ਆ ਬਾਈ ਹੈਲੋ, ਓਪਨ ਦੇ ਖਿਡਾਰੀ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਅਸੀਂ ਉਹਨਾਂ ਦੀਆਂ ਟਾਈਆਂ ਕੱਢਣ ਲੱਗੇ ਹਾਂ, ਕਿਰਪਾ ਕਰਕੇ ਉਹਨਾਂ ਦਾ ਇੱਕ ਇੱਕ ਖਿਡਾਰੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੇ। ਓਪਨ ਦੇ ਖਿਡਾਰੀ ਜੀ ਨਾਲ ਕਬੱਡੀ ਓਪਨ ਦੇ ਆ, ਜਿੰਨੀਆਂ ਵੀ ਟੀਮਾਂ ਪੁੱਜੀਆਂ ਇੱਕ ਇੱਕ ਖਿਡਾਰੀ ਸਟੇਜ ਦੇ ਸਾਹਮਣੇ ਪੁੱਜੇ, ਕਬੱਡੀ ਓਪਨ ਦਾ ਇੱਕ ਇੱਕ ਖਿਡਾਰੀ ਸਟੇਜ ਦੇ ਸਾਹਮਣੇ ਪੁੱਜੇ, ਆਪਾਂ ਟਾਈਆਂ ਕੱਢਣ ਲੱਗੇ ਹਾਂ, ਨੋਟ ਕਰ ਲਓ ਖਿਡਾਰੀ ਵੀਰੋ। ਕੁਲਵੰਤ ਸਿੰਘ ਜੀ ਜੌਲ ਸਾਹਿਬ 1100 ਰੁਪਏ, ਸੋਹਣ ਸਿੰਘ ਜੀ ਵਾਲੀਆ 1100 ਰੁਪਏ, ਸ਼ਾਮ ਸਿੰਘ ਜੀ ਜੋਗੇ ਵਾਲੇ 1000 ਰੁਪਏ, ਸਪੂਰਤ ਸਿੰਘ ਜੀ ਨੰਬਰਦਾਰ 1100 ਰੁਪਏ, ਸੁਖਦੇਵ ਸਿੰਘ ਜੀ ਬਲਖੰਡੀ 1100 ਰੁਪਏ, ਧੱਲੇ ਕੇ ਫਾਈਨੈਂਸ ਵਾਲੇ ਵੀਰ 1100 ਰੁਪਏ, ਬੂਟਾ ਸਿੰਘ ਜੀ ਕੈਨੇਡਾ 1000 ਰੁਪਏ, ਬਿਕਰ ਸਿੰਘ ਜੀ ਜੌਲ ਸਾਹਿਬ 1100 ਰੁਪਏ, ਸਮੀਰ ਸਿੰਘ ਜੀ ਦੁਬਈ ਵਾਲੇ 1100 ਰੁਪਏ, ਬੀ ਆਰ ਇੰਦਰ 1100 ਰੁਪਏ, ਜਸਵੀਰ ਸਿੰਘ ਜੀ ਜੌਲ ਸਾਹਿਬ 1100 ਰੁਪਏ, ਗੁਰਮੀਤ ਸਿੰਘ ਜੀ ਮੀਤਾ 1100 ਰੁਪਏ, ਕਾਕਾ ਭਾਊ ਖੋਸਾ 1100 ਰੁਪਏ, ਜਸਪਾਲ ਸਿੰਘ ਜੀ ਲਾਲਾ 5500 ਰੁਪਏ, ਮਰੀਕ ਸਿੰਘ ਜੀ ਵਾਲੀਆ ਸਾਹਿਬ 1100 ਰੁਪਏ, ਚੰਦ ਸਿੰਘ ਜੀ ਮੈਂਬਰ 1000 ਰੁਪਏ, ਕਾਕਾ ਜੌਲ ਜੀ 1100 ਰੁਪਏ। ਆਪਾਂ ਇਹਨਾਂ ਸਾਰੇ ਸੱਜਣਾਂ ਦਾ ਸਮੇਂ ਸਿਰ ਧੰਨਵਾਦ ਕਰਾਂਗੇ। ਰੇਸ਼ਮ ਸਿੰਘ ਜੀ 1100 ਰੁਪਏ, ਨਾਲ ਸਾਧੂ ਸਿੰਘ ਜੀ ਜੈਲਦਾਰ ਸਾਹਿਬ, ਚੰਦ ਸਿੰਘ ਜੀ ਨੰਬਰਦਾਰ, ਮਲਕੀਤ ਸਿੰਘ ਜੀ ਖਾਂਡਕੇ, ਪਰਮਜੀਤ ਸਿੰਘ ਜੀ, ਆਪਾਂ ਇਹਨਾਂ ਸਾਰੇ ਵੀਰਾਂ ਦਾ, ਜੋਧੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੋਵੇ। ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਜਾ ਰਿਹਾ ਸਪੋਰਟਸ ਕਲੱਬ ਦੀ ਤਰਫੋਂ। ਅਮਰ ਸਿੰਘ ਜੀ ਕੈਨੇਡਾ 1100 ਰੁਪਏ, ਗਿਆਨੀ ਅਮਰ ਸਿੰਘ ਜੀ 1100 ਰੁਪਏ, ਇੰਦਰਜੀਤ ਸਿੰਘ ਜੌਲ ਸਾਹਿਬ 1100 ਰੁਪਏ, ਸੁਖਮੰਦਰ ਸਿੰਘ ਜੀ ਮੋਗਾ 1100 ਰੁਪਏ, ਨੰਬਰਦਾਰ ਜਗਦੀਪ ਸਿੰਘ ਜੀ 1100 ਰੁਪਏ, ਜਸਵੰਤ ਸਿੰਘ ਜੀ ਪਟਵਾਰੀ ਸਾਹਿਬ 1100 ਰੁਪਏ, ਮੋਹਨ ਸਿੰਘ ਜੀ ਜੋ ਕੇ 1100 ਰੁਪਏ, ਸੁਰਿੰਦਰ ਸਿੰਘ ਜੀ ਮਿੱਤਲ ਸਾਹਿਬ, ਲਾਲ ਸਿੰਘ ਜੀ, ਮੇਜਰ ਸਿੰਘ ਜੀ, ਸਤਨਾਮ ਸਿੰਘ ਜੀ ਨੈਸਲੇ 1100 ਰੁਪਏ, 1000 ਰੁਪਏ ਦੇ ਵੱਡੀ ਦੇਣ ਮਾਕੜ ਕਬੱਡੀ ਨੂੰ। ਆਪਾਂ ਇਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਕਰਾਂਗੇ। ਜਸਵੰਤ ਸਿੰਘ ਜੀ, ਕਰਤਾਰ ਸਿੰਘ ਜੀ ਵਾਲਗਾ 2000 ਰੁਪਏ, ਨਰਪੈਲ ਸਿੰਘ ਜੀ ਜੌਲ ਸਾਹਿਬ 1100 ਰੁਪਏ, ਇਕਬਾਲ ਸਿੰਘ ਜੀ ਸਿੱਧੂ ਸਾਹਿਬ, ਨਰਾਇਣ ਸਿੰਘ ਜੀ ਸਿੱਧੂ ਸਾਹਿਬ, ਜਗਿੰਦਰ ਸਿੰਘ ਜੀ ਜੌਲ ਸਾਹਿਬ 1100 ਰੁਪਏ, ਨਿਰਮਲ ਸਿੰਘ ਜੀ ਨਿੰਮਾ ਨਵ ਡੀਟਲ ਸਟੋਰ ਵਾਲੇ ਵੀਰਾਂ ਦਾ ਵੀ ਧੰਨਵਾਦ ਹੋਵੇ। ਇਹਨਾਂ ਸਾਰੇ ਸੱਜਣਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਭ ਗੁਰਦਾਲ ਸਿੰਘ ਜੀ ਕੈਰੀ ਹੋਣ ਭਾਜੀ। ਹੈਲੋ ਹੈਲੋ,
ਓਪਨ ਦੇ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਅਸੀਂ ਉਹਨਾਂ ਦੀਆਂ ਟਾਈਆਂ ਕੱਢਣ ਲੱਗੇ ਹਾਂ, ਕਿਰਪਾ ਕਰਕੇ ਇੱਥੇ ਸਟੇਜ 'ਤੇ ਪਹੁੰਚਣਾ, ਬਾਅਦ ਦੇ ਵਿੱਚ ਇਤਰਾਜ਼ ਨਾ ਕਰਨ। ਸਾਰਾ ਦਿਨ ਆਉਂਦਾ ਹੈ ਇੱਕ ਹੋਰ ਨਾ ਕਰੀ।